ਇਹਦੇ ਗਈਆਂ ਸ਼ਹਿਜ਼ਾਦੀਆਂ ਇੰਜ ਬੈਠੀਆਂ ਚੜ ਕੇ ਬਹਿ ਕੇ ਖਾਵਣ ਕਣ ਤੁਲੀ ਹੋਏ ਨਾ ਅੱਜ ਤਾਂ ਇਹਨਾਂ ਨੇ ਮੈਂ ਵੀ ਪਕਾ ਕੇ ਖਾਣੀ ਆ ਸਬਰ ਤਾਂ ਕਰੇ ਓਏ ਹੋਏ ਹੋਏ ਨੀ ਕਿਤੇ ਗਈ ਹੈ ਸਲਮਾ ਹਾਂਜੀ ਭਰਜਾਈ ਅਸੀਂ ਉੱਡ ਕੇ ਮੇਰੇ ਹਾਂ ਚ ਲੱਗ ਗਈ ਉਧਰ ਹੀ ਵਧੀਆ ਮੈਂ ਤੇਰੇ ਖਾਂ ਇਹ ਕੋਈ ਨਹੀਂ ਪਤਾ ਕੋਈ ਚੁੱਲਾ ਬੰਨਾ ਸਿੱਧਾ ਕਰਨਾ ਆਈ ਆ ਕੋਈ ਅੱਗ ਬਾਲਣੀ ਆਈ ਆ ਲੱਕੜੀ ਟੁਕੇਨ ਦੀ ਬੈਠੀ ਆ ਲੱਕੜੀ ਟੁਕੇਨ ਦੀ ਬੈਠੀ ਨੌਕਰਾਂ ਮੈਂ ਤੁਹਾਡੀ ਕਿਉਂ ਨੇ ਬੰਦੇ ਦੇ ਬੱਚਿਆਂ ਟਾਈਮ ਨਾਲ ਗੁੰਦੀਆਂ ਪਕਾਈਂਦੀਆਂ ਭਰਜਾਈ ਪਕਾ ਲੈਨੇ ਆ ਮੁਸ਼ਰਲ ਮੈਂ ਦੋਈ ਕਿਹਦਾ ਗਈ ਹੁਸਨ ਬਾਨੋ ਆਈ ਖਲੀ ਹਾਂਜੀ ਭਰਜਾਈ ਆਈ ਖਲੀ ਆਈ ਬੀਤਲ ਬੱਕਰੀ ਕਿਹਦੇ ਗਈ ਹੋਈ ਆ ਤੂੰ ਮੈਂ ਤੇ ਬਾਹਰੋਂ ਆਉਣ ਗਈ ਆ ਤੇਰਾ ਤਾਂ ਹਰ ਵੇਲੇ ਤੈਨੂੰ ਤਾਂ ਪੇਚਸ ਲੱਗੇ ਹੁੰਦਾ ਤੂੰ ਤਾਂ ਹਰ ਵੇਲੇ ਟੁਰੀ ਹੋਈ ਹੈ ਹਨਾ ਹੁਣ ਲੱਗ ਜਾ ਪਰ ਕੰਮ ਕਰੋ ਰੋ ਮੇਰੇ ਸਿਰ ਤੇ ਖਲੋ ਰਹੀ ਹੋ ਭਰਜਾਈ ਮੈਂ ਲੱਕੜੀ ਟੁਕੇਂ ਦੀ ਵਧੀਆ ਤੂੰ ਆਟਾ ਗੁੰਨ ਲੈ ਦੀ ਹਾਂ ਮੈਂ ਆਟਾ ਗੁੰਨਦੀ ਹਾਂ ਅਬ ਨਿੱਕੀ ਮਦਰੀ ਨੂੰ ਰਾ ਮੇਰੇ ਨਾਲ ਗੱਲ ਪਿਸਤੀ ਨੂੰ ਮੈਂ ਹੈ ਹਾਂਜੀ ਤੂੰ ਕਿਤੇ ਗਈ ਹੋਈ ਆ ਮੈਂ ਖੇਡਦੀ ਪਈ ਆ ਮੂੰ ਹੁਣ ਤੇਰੀ ਉਮਰ ਹੈ ਕਿੱਡੀ ਵੱਡੀ ਨਹੀਂ ਕਿੱਡੀ ਵੱਡੀ ਤੇਰੀ ਉਮਰ ਹੈ ਖੇਡਣ ਦੀ ਇਸ ਘਰੇ ਭਰਜਾਈ ਬਣਾ ਕੇ ਆਂਦਾ ਨੇ ਕਿ ਨੌਕਰ ਬਣਾ ਕੇ ਜਾ ਕੇ ਸਿਰਾਣਾ ਚਾ ਲਿਆ ਮੇਰੀ ਵਾਸਤੇ ਓਏ ਹੋਏ 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 ਮੁਸੀਬਤਾਂ ਗਲੇ ਪੈ ਗਈਆਂ ਨੇ ਮੁਸੀਬਤਾਂ ਨਾ ਕੰਮ ਦੀਆਂ ਨਾ ਕਾਜ ਦੀਆਂ ਤੇ ਦੁਸ਼ਮਣ ਆ ਨਾ ਆਜ ਦੀਆਂ ਖਾਧੀ ਜਾਓ ਤੇ ਪੀਤੀ ਜਾਓ ਆਪ ਮਰ ਗਈ ਤੇ ਮੁਸੀਬਤਾਂ ਮੇਰੇ ਗਾਟੇ ਘੱਤ ਗਈ ਏ ਤੌਬਾ ਯਾ ਅੱਲਾ ਤੌਬਾ ਅੱਜ ਆਉਂਦਾ ਹੈ ਨਾ ਇਹਦੇ ਨਾਲ ਤਾਂ ਮੈਂ ਗੱਲ ਕਰੇਨੀ ਆ ਸਬਰ ਕਰੇ ਇਸ ਸਿੱਧੀ ਡਿੰਗੀ ਕਿਸੇ ਲੈ ਨਹੀਂ ਪੈਣਾ ਨੂੰ ਆਖਣੀ ਕੋਈ ਮਰੇ ਤੇ ਭਾਵੇਂ ਕੋਈ ਜੀਵੇ ਆਖੇ ਬਖਸ਼ ਗੋਲ ਪਿਆਲਾ ਪੀਵੇ ਮੈਂ ਟੰਗੀ ਕੇ ਨਾਲ ਗੋਨ ਪਕਾ ਕੇ ਦੇਵਾਂ ਨਾਨੂੰ ਨਹੀਂ ਪਤਾ ਕੀ ਉਹਦੇ ਤੇਰਾ ਬਾਹਰ ਹੀ ਖਪਾਣਾ ਜਾਂਦਾ ਪਿਆ ਮੈਂ ਤਾਂ ਰਾਤ ਸੁਣਦਾ ਹੁੰਦਾ ਕੀ ਬਣੇ ਮੇਰੇ ਤਾਂ ਖਪਾਣੇ ਪਏ ਖਲੋਤੇ ਤੇ ਮੇਰੇ ਤਾਂ ਮਰਨੇ ਪਏ ਖਲੋਤੇ ਤੇ ਇੱਦਾਂ ਕੀ ਹੈ ਹੁਣ ਹੋਇਆ ਕੀ ਪੁੱਛ ਭੈਣਾ ਕੋਲ ਕਿਹੜੇ ਕੰਮਾਂ ਤੇ ਲੱਗੀ ਹੋਈਆਂ ਤੇ ਕੀ ਕਰੇਂਦੀਆਂ ਪਈਆਂ ਕੀ ਬਣੇ ਕੱਖ ਬੰਦੋ ਰਣੀ ਕਰਕੇ ਰਾਜ਼ੀ ਇੱਕ ਬਾਰ ਉਵੇਂ ਟੁਰੀ ਨਾ ਦੀ ਉਸ ਕਮਾਂਦ ਨੂੰ ਪਾਣੀ ਲਾਉਣ ਆਉਂਦਾ 24 ਘੰਟੇ ਤੇ ਦੂਈ ਮੈਂ ਅਖ ਲੱਕੜੀ ਵਧੀਆਂ ਟੁੱਕਦੀ ਇਹ ਤੇ ਪੈਦੀ ਮੈਂ ਖੇਡਣ ਗਈ ਹੋਈ ਆ ਘੜੇ ਮੈਂ ਭਰਾਂ ਜਮਾਵਣੇ ਮੈਂ ਕੁੱਚਾ ਮਨ ਮੈਂ ਪਕਾਵਾ ਮੈਂ ਕੀ ਕਰਾਂ ਕਹਿੰਦੇ ਕੋਲ ਪੁੱਛ ਕੇ ਖੇਡਣ ਗਈ ਆ ਭਾਈ ਕਿ ਆਪੀ ਕੋਲ ਕਿਹੜੀ ਆਪੀ ਕੋਲੋਂ ਆਪੀ ਸਲਮਾ ਕੋਲ ਕੋਈ ਨਾ ਮੈਂ ਬਕਵਾਸ ਸੌਰ ਕੀਤਾ ਕਿ ਇਸ ਕੋਲ ਪੁੱਛ ਕੇ ਜਾਵਣੇ ਜਿੱਦੇ ਵੀ ਜਾਵਣੇ ਇਸ ਤੇ ਨਹੀਂ ਜਿਆਦਾ ਦਿੱਤੀ ਹੈ ਨਹੀਂ ਮੋੜ ਪੁੱਛਣ ਤਾਂ ਇਜਾਜ਼ਤ ਦੇਵਾਂ ਜਿਹੜਾ ਤੇਰਾ ਦਿਲ ਕਰਦਾ ਬਾਹਰ ਦਫ਼ਾ ਹੋ ਜਾਂਦੀ ਹੈ ਜਿਹੜਾ ਤੇਰਾ ਰੂਹ ਕਰਦਾ ਦਫ਼ਾ ਜਾ ਪਰ ਬਦਤਮੀਜ਼ੀ ਸ਼ੌਰ ਹੀ ਕੋਈ ਨਹੀਂ ਐਵੇਂ ਕਮਲੀਆਂ ਜੀ ਲੱਗੀਆਂ ਨਾ ਦੀਆਂ ਨੂੰ ਕਿਤੇ ਗਈਆਂ ਦੂਈਆਂ ਦੋਵੇਂ ਵਧੀਆਂ ਕਿਤੇ ਜਾਵਣਾ ਇਹਨੇ ਮੇਰੇ ਹਾਂ ਦੇ ਸਾੜੇ ਇਹਨਾਂ ਨੂੰ ਬਹਾਏ ਹੋਏ ਆ ਇੱਥੇ ਬਸ ਆਪ ਚੁੱਪ ਕਰਕੇ ਨਿਕਲ ਜਾਣਾ ਨਾ ਗਬਰੀ ਮੈਂ ਕਰੇ ਨਾ ਗੱਲ ਕਰੇ ਨਾ ਗੱਲ ਸਲਮਾ ਨਾ ਪਰੇਸ਼ਾਨ ਹੋਈ ਕਰੋ ਮੈਂ ਹਾਂ ਨਹੀਂ ਇਹਨਾਂ ਦੀ ਹਿੰਮਤ ਹੈ ਹਾਂਜੀ ਭਾਈ ਇਹ ਕੀ ਤੁਹਾਡੀ ਸ਼ਿਕਾਇਤ ਮੈਂ ਤਾਂ ਸੁਣ ਸੁਣ ਕੇ ਥੱਕ ਗਿਆ ਇਹ ਤਾਂ ਕੰਮ ਹੈ ਇਸ ਜੂ ਆਵਣਾ ਹਾਂਜੀ ਭਾਈ ਹਾਂਜੀ ਭਾਈ ਹਾਂਜੀ ਪਰ ਜਾ ਆਈ ਨਾ ਕੰਮ ਕਰਨੇ ਬਸ ਤਾਂ ਕਿ ਇਹੀ ਲੱਗੇ ਬਾ ਮੇਰੇ ਤਾਂ ਹੁਕਮ ਦੀਆਂ ਮਤਾ ਹੈ ਤੈਨੂੰ ਹੀ ਸਾਧ ਮਲਾ ਤੋੜ ਕੇ ਮੱਕੀ ਵਧੀਆ ਆਉਂਦੀ ਘਰ ਦੇ ਕੰਮ ਕਾ ਕਰਨੇ ਨੇ ਸਲਮਾ ਕਿਤਾਂ ਦੇ ਘਰ ਮੈਂ ਤੁਹਾਨੂੰ ਪਿਆਰ ਨਾਲ ਲੱਗ ਸੰਗੇ ਤੂੰ ਇਹਨਾਂ ਨੂੰ ਟਾਂਗ ਤੇ ਇਹਨਾਂ ਨੂੰ ਮਗਰੂ ਲਾ ਕਿਦਾਈ ਮੈਂ ਇੱਥੋਂ ਨਹੀਂ ਆਉਣੀ ਨਾ ਦੇ ਮਨ ਪੱਕਦੇ ਮੈਂ ਆਪ ਥੱਕ ਗਈ ਆ ਜ਼ਰੂਰ ਤੇ ਦੋ ਛੱਡਣਾ ਹੁਣ ਮੈਂ ਥੱਕਦੀ ਕੋਈ ਨਾ ਮੇਰੀ ਕੋਟ ਚੱਲ ਚੱਲ ਬਾਉ ਸਾਰਾ ਕੰਮ ਤਾਂ ਮੈਂ ਕਰੇਨੀ ਆ ਬਕਵਾਸ ਨਾ ਕਰ ਕੋਟ ਵੀ ਮਰੇਂਦੀ ਹੈ ਤੂੰ ਕਰੇਨੀ ਤੇ ਭਰਜਾਈ ਮੈਂ ਕਰੇਂਦੀ ਨਹੀਂ ਆ ਪਰ ਮੂੰਹ ਲਾ ਕੇ ਲੱਗ ਜਾ ਤੈਨੂੰ ਮੈਂ ਹਜ਼ਾਰ ਵੇਰੀ ਬਕਵਾਸ ਕੀਤੀ ਜਿਹੜਾ ਕੰਮ ਇਹ ਆ ਕਿ ਉਹ ਕਰਨਾ ਇਹ ਘਾਰੇ ਵੱਡੀ ਹੋਣ ਸਾਰਿਆਂ ਤੋਂ ਸਮੇਂ ਬਾਉ ਰੋਟੀ ਟਿਕਰ ਤਾਂ ਪਕਾਈ ਨਹੀਂ ਆ ਹੋਰ ਕੀ ਕੀਤਾ ਕਰ ਜਿਸ ਘਰੇ ਚ ਇੱਜ਼ਤ ਨਾ ਰਹਿਣਾ ਇਹਨੇ ਨਾ ਤੇ ਇਹਦੀ ਗੱਲ ਮੰਨਣੀ ਨੇ ਤੇ ਰਹਿਣਾ ਇਹਨੇ ਜਾਂ ਮੈਂ ਕੋਈ ਨਹੀਂ ਰਹਿਣ ਦੇਣਾ ਅਗਾ ਜਵੇ ਆ ਮੋੜ ਖਲੋਤੀ ਰਾਸੀ ਬੇਹਾਈ ਦਫੋ ਹੋ ਜਾਉਣ ਪਰਾ ਅੱਲਾ ਤੂੰ ਪਰੇਸ਼ਾਨ ਨਾ ਹੋ ਔਰ ਕਰ ਪੈਰ ਦੇਣ ਤੇ ਮੁੱਠੀਆਂ ਪਰ ਕਾਈ ਨਹੀਂ ਲੋੜ ਮੱਖਣ ਨਾ ਲਾਇ ਕਰ ਮੈਂ ਭੈਣਾ ਦੇ ਸਾਵੇਂ ਬਾਇਕ ਮੱਖਣ ਕਿਦੇ ਲੈਂਦਾ ਪਿਆ ਹਾਂ ਤੇਰੀ ਖਿਦਮਤ ਮੈਂ ਨਹੀਂ ਕਰਨੀ ਤਾਂ ਕਾ ਕਰਨੀ ਉਹ ਲੋ ਤੂੰ ਦੜਕਦਾ ਉਹ ਹੱਸਦੀ ਖਲੋਤੀ ਆ ਦੂਈ ਬਗੜੇ ਤਾਂ ਬਗੜ ਤੂੰ ਪੁੱਛ ਬਈ ਉਹ ਕਿਹੜੇ ਕੰਮਾਂ ਤੇ ਲੱਗੀ ਹੋਈ ਉਹ ਪਤਾ ਨਹੀਂ ਆਏ ਕਿਦੇ ਅੱਛਾ ਲੱਤ ਮੈਂ ਆਖਿਆ ਕਾਈ ਨਹੀਂ ਲੋੜ ਹੁਣ ਕਾਵੇ ਨਾ ਵੀ ਕਾਵੇ ਇਹਨਾਂ ਦੇ ਥਾਲੇ ਮੈਂ ਹੱਥ ਜੋੜਦਾ ਆਈ ਦੇ
हाला हुण बस कर तू भी देर मैनू ना खुशबोई लाइया कर पता है मैनू सारा अब्बा किदे निकलया पता नहीं मैनू क्या पता किधर निकलिया तो किधर नहीं निकलिया हर वक्त डेरे से हुक्के चंबड़े हुए होर के काम उस करने जो पूछो मेरा पुत्र मैं बूढ़ा हो गया कदी तो रन को उठी खलोता कर अब्बा पहली गल बैठा अपने रन को किस दी कोल कोई चोरी किधर गई है घुट पानी दा पीवण आई है पता नहीं किधर दफ होई है नी बुशरा हां जी सारा जान ना लगा दिया चांदे हो तू ना ना हट के बैठी रही पीछे हो जा तू भी गुजारा ना रखो मेरी गल तो सुन चा खुश हो गया अब्बा रज ले मेरा बोल मैं की आक बैठा मैं को गाल तू भी रज लिया गाल कढ़ी बड़े जवान सारिया भेने कर उमर डाल गई पिछले पारे मेरा घर तो वजावन तो बैठा ना तू अपना तो सारी जिंदगी वसाया कोई ना या अम्मा सारी जिंदगी रुसी रही हूं मेरा ही उजाड़ सटे भाई तू सेवन ने क्यों गल कर तू तो चुप रख जा पर मैं से मुंह ना लिस वज पर ਵਰਜਾਈ ਹਰ ਟਾਈਮ ਤੇ ਸਾਡੇ ਨਾਲ ਲੜਦੇ ਰਹਿੰਦੇ ਤੁਸੀਂ ਵੀ ਹਰ ਟਾਈਮ ਤੁਸੀਂ ਨਹੀਂ ਲੜਦੇ ਰਹਿੰਦੇ ਸਾਡੇ ਨਾਲ ਜਿਹੜੀ ਹੁੰਦੀ ਤੁਸੀਂ ਕਦਰਾ ਕੀਤੀਆਂ ਨੂੰ ਓ ਚੁੱਪ ਕਰੋ ਮਰਿੰਦਾ ਹੀ ਨੇ ਇਸ ਤੁਹਾਨੂੰ ਹਾਂ ਉੱਡਿਆ ਵਦਾ ਮੈਂ ਇਹਦੀ ਮਾਂ ਖਰਾਬ ਹੈ ਇਸ ਤੁਹਾਡੀ ਉਹ ਨਹੀਂ ਸਕੀ ਘੋੜ ਛੋੜਨੀ ਮੈਂ ਦਿਸਦਾ ਪਿਆ ਅੱਪੂ ਤੁਸੀਂ ਸਹੀ ਆਂਦੇ ਹੋ ਕਿਸੇ ਦਾ ਨਹੀਂ ਜੀ ਹੋ ਜਾਣਾ ਸਾਡੇ ਨਾਲ ਤਾਂ ਕੋਈ ਪਿਆਰ ਕਰੇਂਦਾ ਹੀ ਨਹੀਂ ਨਾ ਪਿਆਰ ਕਰੇਂਦੇ ਨੇ ਸਮਾਣੀਆਂ ਬੜੀਆਂ ਪਿਆਰ ਵਾਲੀਆਂ मेरी पगड़ी ले जा तू पैर उम्मीद तय आ जा अगे सारी जिंदगी अम्मा ने तो पगड़िया ते मनाया पिछो मैं अपने जनाने ने तय पगड़ी ते मनाई वा मेरा पुत्र कोई ना मुँह तेरे रीत मैं जरी कोई ना मुँह जिम्मे तू थले लगो है ना मैं जरी कोई ना मुँह जुत्ती कि लाके भाग गई ऐसे जुत्ती आ दो मार उसने तमाशा बनया खलोता राज लैन तो खा लई ना हाथ तो पक्के गप्पा लब्बा खा लई अगे हूं तो कौन पका के दें ये जेड़े गुरले पकाई नहीं पता सारा मैंने मैं मेरा पुत्र दुध लाया मैं मेरा पुत्र पैर नु पीड़े आ वेखे ना अगे छोदा सवां नहीं लैन जांदा पिया दुध हो नहीं चो सकदा हूं मैं भी इंज कोई नु जाना लै जा सकते इन बुए ते थले लगो मैनू भी तू वटे पैसा पाया लैन का मैं आ कर कुछ ना सकता हाँ कुत्ते यार मैं भी बटे तो भी बटे रन थले लगो यार हूँ अब वेख ला जी अजय भैन है
कोई पता नहीं मेरे हथी ना पा जाए सवानी मगर पता था ही नहीं अगे के मेरे बैठे बस बस सानू पता है तुसी कदी भी नहीं बोलना साडी जात है ता हुन ना कुछ शर्म हया माल होना तुसी उवा समझेंदे वे दिया पराया माल है हुन उल्टा आदा पे आई ए मेरे तो नाल जामना तो तू मेन सवानी मना देवणी अब्बा तने गल दसा हां ए सारी टिल्ली भरजाई लाई आ भरजाई लाई आ हां जी अम्मी आंदी आई ते अम्मी सानू इतना प्यार करंदी है सारी टिल्ली भरजाई दी है मेरा पुत्रो मैं मजबूर न दमना ते मैं ओ आ जड़ी भरजाई भरजाई आंदे पयो मैं इन दसा मेरी गल सुन अपने घर दे विच कौन मजबूर होंदा तेरा अपना नहीं घर ओ मेरा अपना घर ओ जोरे वारे पैसे पूसे सारे खर्चा ओ देंदा ओ मन इस बिरा दे पैसे नाल तो कदी कदी दिल करंदा सा शहर वाग में तू तो कोठियां ते काम कर लाऊं जेड़े बिरा सानू पैसे ना पाई करदा ते जेड़ी इज्जत करंदा सुबह शाम ऊ तल्लू रोटी होंदी तू तो लित्ता रहंदा साडे शहर च सही आंदी पई है मैं की करा मैं दिहाड़ी नहीं कर सकदा ਬਰਜਾਈ ਹੱਥ ਚ ਕੀਤਾ ਹੈ ਭਾਈ ਨੂੰ ਭਾਈ ਤੇ ਤਾਂ ਹੀ ਸਾਡੇ ਨਾਲ ਲੜਦਾ ਹੈ ਨਹੀਂ ਤੇ ਭਾਈ ਸੋ ਸਾਡੇ ਨਾਲ ਕੋਈ ਲੜਨਾ ਹੀ ਮੇਰਾ ਪੁੱਤ ਚੁੱਪ ਕਰੋ ਕੋਈ ਉਹ ਮੌਕਾ ਆ ਜਾਸੀ ਮੈਂ ਤੇ ਖਲੋਤੀ ਤਾਂ ਮੈਨੂੰ ਲਿੱਤਰ ਚਾ ਕੇ ਵਗਾਇਆ ਇਸੂ ਜਿੱਥੇ ਮੈਂ ਬੋਲਸਾਂ ਤੇ ਉਹ ਚੁੱਪ ਰਸੀ ਅੱਲਾ ਉਹ ਮੌਕਾ ਵੀ ਕਈਸੀ ਇਹ ਜੜਾ ਨਾ ਇਹ ਮੈਂ ਤਾਂ ਮੈਂ ਕੀ ਆਖਾਂ ਇਸ ਨੂੰ ਮੇਰੀ ਤੇ ਕੋਈ ਔਲਾਦ ਹੀ ਹੁਣ ਤੂੰ ਅੱਬਾ ਕੀ ਆਖਣਾ ਹੈ हाय इस गुरु तो ना जमे इंशाला मेरे घर मेरे दियन तो औख्यान किया अपनी सवानी दे मगर ओ को पानी पूनी गतिया च कर ओ चगाल बापिया नहीं उन दे तू जेड़ा है ना अच्छा एक मिनट तू गल दस ओ जे दोकड़ी तेरी बहन पर नहीं के गई है तो ओदा उधर शोदर को जी आंदी आंदी तो है बे काम निक्का से दिया पोत्र मलंगी दा पोत्र जेड़ी गल कीती कर ਅੰਗੇ ਲੋ ਤਲੀਕ ਕੀਤੀ ਕਾ ਲੋ ਤਲੀਕ ਹਾਂ ਤੇ ਹੁਣ ਮੇਰੀ ਗੱਲ ਸੁਣ ਅੱਖ ਲੈ ਦਿੱਤੀਆਂ ਤੇ ਚੂਚੀਆਂ ਦੀ ਜੋ ਆ ਹੱਕ ਇਹ ਕੀ ਹੋਇਆ ਹੈ ਕੀ ਗੱਲ ਹੈ ਪੁੱਤਰ ਕੀ ਗੱਲ ਹੈ ਹਰ ਵਕਤ ਉਸ ਘਰੇ ਕੁੱਤੇ ਵਾਲੀ ਕਾਰ ਮੇਰੇ ਨਾਲ ਆਉਂਦੀ ਹੈ ਨਾ ਉਹਦੀਆਂ ਬਹਿਣਾ ਕੰਮ ਕਰਦੇ ਪਿਓ ਤਾਂ ਪਿਓ ਮੇਰੀ ਬੇਇੱਜ਼ਤੀ ਕਰ ਲੈਂਦਾ ਤੇ ਆਪੇ ਤਾਂ ਪਰ ਵਕਤ ਉਹਨਾਂ ਦੇ ਨਾਲ ਰਲ ਕੇ ਮੇਰੀ ਸੁਣਦਾ ਹੀ ਨਹੀਂ ਉਹ ਜੀਵਨ ਕੋਈ ਨਹੀਂ ਬੈਠਾ ਉੱਥੇ ਜੀਵਨ ਤਾਂ ਸਾਰੇ ਸ਼ੈਤਾਨ ਦੀ ਗੋਲਣ ਆ ਚਲੋ ਚਲੋ ਹੁਣ ਆਵੇਂ ਹੁਣ ਆਵੇਂ ਠੀਕ ਆ ਤੂੰ ਸੁਣਾ ਠੀਕ ਹੈ ਮੈਂ ਦਲੀਲ ਕੀ ਤੋ ਲਾ ਤੂੰ ਉਸੇ ਤੈਨੂੰ ਤਾਂ ਬੜੀ ਫਿਕਰ ਕਾਨੀ ਮੈਂ ਬਹਿਣ ਦੀ ਖਬਰ ਹੀ ਲਵਾਂ ਬੱਕੀ ਆ ਲੈ ਮੈਂ ਤਾਂ ਬੜੀ ਫਿਕਰ ਹੁੰਦੀ ਮੈਂ ਤਾਂ ਬੜੀ ਉਦਾਰ ਹੁੰਦੀ ਹੈ ਤੂੰ ਮੁੜ ਵਿੱਚ ਆਜ਼ਾਦ ਹੈ ਤੈਨੂੰ ਤਾਂ ਪਤਾ ਖੁੱਲਾ ਖਾਨਾ ਬਹਿਣ ਹੈ ਕਾਈ ਨਾ ਖੁੱਲਾ ਬੜਾ ਖਾਂਦਾ ਹੈ ਉਹ ਮੈਨੂੰ ਕੋ ਪਤਾ ਹੀ ਨਾ ਬੇਅਕਲਾਂ ਦਾ ਮੈਂ ਆ ਦੀ ਪਿਓ ਮੇਰਾ ਪਿਓ ਹੁਣ ਮੈਂ ਕੋਈ ਨੂੰ ਵਹਿਣਾ ਉਹਨਾਂ ਦੇ ਆਲਾ ਮੈਂ ਤੂੰ ਉਹਨਾਂ ਦੀ ਨੌਕਰੀ ਨਾ ਉਹਦੇ ਤਰਾ ਤਰਾ ਕੁੱਤੀਆਂ ਬਾਈਆਂ ਇਸ ਪਰ ਨਹੀਂ ਦਾ ਹੈ ਨਹੀਂ ਨੌਕਰ ਆ ਮੈਨੂੰ ਆਂਦੀ ਚਲੋ ਹੁਣ ਮੁਰ ਗੱਲ ਹੋਈ ਹੁਣ ਗੱਲ ਹੁਣ ਲੈ ਆਵੇ ਜ਼ਿੰਮੇਦਾਰਾਂ ਨੂੰ ਆ ਕੇ ਲੈ ਜਾਵੇਂ ਮੈਂ ਕੋਈ ਨਹੀਂ ਗੱਲ ਕਾਸ਼ ਗਾਵਣ ਦੀ ਲਾਇਆ ਬੁੱਕੀ ਤਸੀ ਆ ਗਈ ਆ ਮੈਂ ਬੇਰਾ ਪੁੱਤਰ ਮੈਂ ਹੁਣੇ ਗਿਓ ਹੁਣ ਤੂੰ ਚੁੱਪ ਕਰਕੇ ਹੱਸ ਖੇਡ ਬਿਰਾ ਦੇ ਕੋਲ ਬਾ ਮੈਂ ਸਬਜ਼ੀ ਵੀ ਲੈ ਆਮਨਾ ਤੇ ਮੈਂ ਦੀ ਵਾਸਤੇ ਅੱਜ ਗੋਸ਼ਤ ਪਕਾਈਨੇ ਆ ਤੇ ਜੇ ਆਇਆ ਓਮਾਨ ਜੰਜੇ ਦੇ ਦਵਾਲ ਮੈਂ ਉਹਦੇ ਕੋਲ ਪੈਸਾ ਤੈਨੂੰ ਆ ਜਦ ਅੱਜ ਬਾਨ ਨੰਡਾ ਕਰਨਾ ਹੀ ਕੋਈ ਨਹੀਂ ਹਲਾ ਸੁਣਾ ਸ਼ਹਿਜ਼ਾਦ ਮਿਲ ਲਿਆ ਆਇਆ ਬੁੱਲਾ ਤਾਂ ਕੋਈ ਨਹੀਂ ਹੁਣ ਮੈਂ ਜਾ ਕੇ ਆਖਾਂ ਬਈ ਨਾ ਆਪੀ ਆਈ ਵਧੀ ਹਲਾ ਉਸ ਨੂੰ ਆਖੀ ਆਪੀ ਆਈ ਵਧੀ ਤੇ ਉਹ ਹੁਣ ਉਦੋਂ ਲੜ ਕੇ ਆਈ ਉਹ ਸੋਣੀ ਥਾਂ ਹੀ ਰਹਿਣਾ ਇੱਕ ਵਾਰ ਮੈਂ ਖਰਚਾ ਦੇਂਦੀ ਹਾਂ ਖਰਚਾ ਦਿੰਦੇ ਸ ਅੱਗੇ ਤੈਨੂੰ ਕਦੀ ਨਾਮ ਦਿੱਤਾ ਪਾ ਤਮੀ ਅੱਬੇ ਨੇ ਤੈਨੂੰ ਦੱਸਿਆ ਨਹੀਂ ਸ਼ਿਕਾਰ ਹੋ ਕੇ ਵਧੀਆਂ ਰਹੋ ਹਲਾ ਮੈਂ ਜਾ ਕੇ ਤੁਹਾਡੇ ਤੇ ਗਾਂ ਪੁੱਛੇ ਸਾਂ ਹਾਂ ਤੇ ਥਿਲੜ ਮੈਂ ਜੀ ਵਿਆਹ ਸਹੀ ਥਿਲੜ ਤੈਨੂੰ ਮੈਂ ਅੱਗੇ ਵੀ ਤੈਨੂੰ ਦਿੰਦੀ ਨਾ ਤੈਨੂੰ ਮੈਂ ਆਦੀ ਨਾ ਤੂੰ ਮੇਰਾ ਬਿਰਾ ਹੈ ਠੀਕ ਹੈ ਤੇ ਨਿੱਕਾ ਹੈ
तेन तो पता है जड़े कपड़े पाई बैठा मैं ना लाए दिते इसे वास्ते मैं तेरे कपड़े जुत्ती रखसा लिया के नवे नवे जी शायद वह भी तेन ला के देसा पर शहजाद ने जाके आख आख आपी आई हुई तो प्याती है मेरी गल सुन जा ठीक है नहीं मैं इतों नौकरी आँगी ये वेका प्यो तो बिरा आई ना आँगी घरे सदे था ही बैठी रस उन्हें भी शहजाद है नहीं मैं खर्चा देव आला मैं इतने बड़ा है मैं तो दिहाड़ी बौक टौक लाई है पिसती हाँ किस्मत ही माड़ी इन्हें कुतियाँ की जिदे किदा करेंदा उदू उन्हें जवाब हो वैंदा जिदे करेंदा उदू जवाब हो वैंदा मेरे बाद ही अजाब चढ़ के बह गई उठी है ना पुत्र अवसर दी आई पई ओ बना उठी लाए के भी बाग हुन मेरा पुत्र तू भूखी आई ओए ओ जेड़ा काले मुंह वाला है ओ कुत्ता ने खवाइंदा है केक बग्गे मुंह वाला तेरे घर वाला अब्बा वे आई लड़ाई दे विच मेरी एडी तबीयत खराब है सिर नु पीड़ है जिवें ओ बोनी दे के सोनी तरह सन पका दे ना जुन्नी अर पका दे च मैं मेरी दी आप पका देना मेरी सोनी दी आ गई तो मैं आप पकाइंदा लड़ लड़ के भुक्की तस्सी सिर नु पीड़ चढ़ी होए ते आ गई हां आए उंदा पेके घर दा लोड बाकी वे मैं कोई नहीं करना पियो आदा मैं आपे कर ले सके के संत पियो बड़े लोड करान ते रंदा पंजाब मैनु शहजाद सट्टया क्यों मुड़ू आदा तू तो राणी है तू तो राणी है तू तो राणी है राज कीते कर मेरा मुड़ू ने काम कर दिल करेंदा ते नांदे कर 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 करके थकी पई हां मुड़ू इन्ना तो मैनु सा कदी नहीं लैन दिता हुण बन्ने होए ने ना जे तंदूरी ते फुलके भी लई सन ते सारा करे सन हुण पता लग सने अब्बे दे कोल जा बानी आ कमली बला अगे तेन मैं कदी वेला गलिया पहले होने पहले होने जेब भरे न ता जेब तो तेरी मैं भर लई ना जितने क्यों नहीं उतने तेरे बारे में पहले गाल सुना जल्दी का नहीं 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 ओए ओए पहले ना तू मेरा खर्चा दे आई 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 ला बड़े नहीं एक मन बड़े हैं ए बहु है नहीं बहु है बड़े ही नहीं एक का तो सही किन्ने खुत्ते और ढेर सारे ही नहीं मुकदे ही नहीं और ले ले शेर जावी और ले ले अरे जल्दी मिन गाल सुना मैं तेरे आप ही आई वदी ले सच्ची किस टाइम सॉरी तो रोज के आ गई है रोज के आ गई ओ पता नहीं की मामला तो रोज के आ गई है पक्का पकौन जा मना ही कोई ले वक्त नहीं सुजाना इत्थे पक्का पक्का साडे को आ गई ओए ओए भाई कर के जा अलग गल सुन मेरी ते जा के बात क्यों नहीं दसो मैं कमन मिल आया ते को रابطे दा सिलसिला बना जल्दी करे ठीक है ना लेना कि मैं رابطہ करे ठीक है रात भाई अंत बढ़िया मजा ही मजा तेरी भी तो मौजा लगी हुई है हां ये सब जिंदगी कोई नहीं और बाण जैसी है कमले भात के जा पता कर अबुशरा हां जी अबू असलमा और आओ ना मेरा पुत्र हां जी अबा हां जी गल है मेरा मेरी थी हां जी मैं ना आज मैं तोड़े नाल मान करेंदा ना मैं सह नहीं सकदा मैं सांदा पिया मजबूरी तू मैं आ जांदा पे आज रात में करनी है दिहाड़ियां अबू तुसी किवें दी गल करे मैं कर लईसा तू चुप करो अब मैं ना इस तबीयत नहीं सही रहंदी ओ जाने मैं अब तू सगे दवाइयां करें देख लो तो हुन मुड़ के काम ते जाऊ मैं इस कुत्ते नु दसना है ब मैं कमा सकना ते जिस रे मुड़े से मन गल कीती मैं इनु भी दसे सद मुड़े दी सवाणी नु नाल दसेसा अब्बा इते मैं देखा मेरी दियां दी बिस्ती किवें करेंदा तू तू मेरी गल सुनो मैं आ जांदा पे दुआ करया तुसी बस ओए अबू गल तो सुन जा अबगे अबू दी तबीयत नहीं सही रहंदी हुन दवाइयां लवण हुन इतना कमा सी ना जितने तू तो लावणे पम से पैसे अब्बे की सदी नहीं बने दबा उस जिद्द ओले अब्बा ओए होए हो अब्बा ही कुन्नी चढ़े अंदा वदा ओ पोत्र हुन हे काम तक करन दी तकर पहलू आए होगे के मेरी हालात देखा आए आए अब्बा भूख लगी है मैनू छोरा आले कपड़े लेके चमेंदे नहीं है छोरा आल सारी शौका में इथे पूरियां की मेरा पियो भी है तो मेरा बिरा में बिरा तो मेरा है जिवें हो सके नोकिया 1100 होंदा है मुड़ोस जे डाउन में की करो दिया मैं की शौका पूरियां करा ओ किदे गयो ओ त्रिडे जाया कोई नहीं वदा ओ किदे गयो या खेडन छेडन तुसी कर लो दलील आवन ओ थोड़ा देख त ले कुन्नी सड़ दी अब्बा मैं तू नहीं ना मैं कोई नहीं
सानू शुरू तो अब्बा तो आप ही लाए होया कि मैं ता आप करे सा मेरी दी सुख दी सुत्ती करे पता नहीं कंदूरी नहीं पहला पति एक जड़ा होंदा है ना बंदा ऐ हाय ओयो सुद्दे आ गया बैल ओ कंदूरी की दई कंदूरी ए साफ आए मेरा कंदूरी की दई कंदूरी प्यो मोरा नहीं हुने ओ साफा कीती बदाए मेरा ओ मसार गतिया क्यों के करना आया अपने घर आया इससे केड़ा परा हो बा कोई नहीं लोड में डैडियां तो जरा चंगी गाल सारे मरो परा प्रति ना मैंने कोई ना सारे सही गल है मेरा तो मगरू लेन नहीं तो सारे नहीं भमे उठी जा चुप करके मेरे भिरान कावड़ चढ़ी हो तो मेरा भिरा बेइज्जती कर ले सी या इंदी बेइज्जती में सुन ले सा इंदी बेइज्जती में सुन ले सा आगा जा मैं उठ के उतन डिठा कोनी नहीं तब किदे ਨਹੀਂ ਭੈਣ ਨੂੰ ਤਾਂ ਕਿਵੇਂ ਕਰਿਆ ਕਿਵੇਂ ਆਇਆ ਹੁਣ ਕੈਮਰਾ ਆਇਆ ਨਹੀਂ ਭੈਣ ਨੂੰ ਤਾਂ ਮੇਰੀ ਇੱਜ਼ਤ ਕਰਕੇ ਗਲਿਆ ਆ ਮੈਂ ਕੋਈ ਮਾਫੀ ਨਾ ਮੰਗ ਮੈਥੋਂ ਐ ਤੂੰ ਜਾ ਐ ਤੂੰ ਜੀ ਐ ਸਾਡਾ ਘਰ ਹੈ ਆਏ ਮਾਜ਼ਰਤ ਨਹੀਂ ਨਹੀਂ ਤੂੰ ਜੀ ਮੇਰੀ ਭੈਣ ਨੂੰ ਤਾਂ ਕਿਵੇਂ ਮੇਰੀ ਇੱਜ਼ਤ ਕਰਕੇ ਗਲਿਆ ਕੀ ਹਾਲ ਮੈਂ ਆਈ ਤੇਰੇ ਨਾ ਤੇਰੇ ਦਾਦੇ ਤੇ ਮੇਰਾ ਸੀ ਜਾਂ ਮਲੰਗੀ ਦੀ ਤੇ ਗੈਰਤੀ ਹੈ ਖੰਜਰਾ ਗੈਰਤੀ ਬਣਿਆ ਕਿਆ ਗਾ ਮੇਰੀ ਭੈਣ ਨੂੰ ਤਾਂ ਕਿਵੇਂ ਮੈਂ ਇੱਜ਼ਤ ਕਰਕੇ ਗੱਲ ਲਿਆ ਤੂੰ ਵੀ ਤਾਂ ਆਪਣੀ ਭੈਣ ਨੂੰ ਸਮਝਾ ਨਾ ਨਹੀਂ ਨਹੀਂ ਤੂੰ ਜਾ ਤੇਰੀ ਗੱਲ ਨਾ ਉਹਨਾਂ ਕੋਈ ਸੁਣ ਜਾ ਨਾ ਤੂੰ ਨਾ ਵੇ ਇੱਥੇ ਰਹਿ ਸਕਦਾ ਇਸ ਕੋ ਪੁੱਛ ਮੈਂ ਮੈਂ ਭੈਣ ਨੂੰ ਜਾਵਾਂ ਦੇ ਆਪਣੇ ਚੁ ਜਾ ਗਾ ਛੱਡਾ ਤੋ ਨਹੀਂ ਤੂੰ ਹੰ ਜਾ ਮਿਹਨਤ ਤੇ ਕੇ ਛੱਡੋ ਨਹੀਂ ਐਂ ਤੇ ਲੱਕੋ ਚਾ ਜੀ ਨਹੀਂ 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 ਤੂੰ ਜਾ ਤੂੰ ਜਾ ਤੂੰ ਤਾਂ ਕਿਵੇਂ ਮੇਰੀ ਭੈਣ ਨੂੰ ਗਲੇ ਆਇਓ ਮੈਨੂੰ ਹੁਣ ਇਹ ਖੁਸ਼ੀ ਹੈ ਮੇਰਾ ਪੋਤਰੋ ਅੱਗੇ ਮੈਨੂੰ ਖੁਸ਼ੀ ਹੈ ਵੀ ਮੇਰਾ ਮਾਨ ਜਵਾਈ ਹੈ ਤੇ ਮੇਰਾ ਪੋਤਰ ਹੁਣ ਮੈਨੂੰ ਇਹ ਖੁਸ਼ੀ ਹੈ ਜੋ ਮੇਰੀ ਬਰਾਦਰੀ ਨੂੰ ਲੱਕਣ ਵਾਲਾ ਹੋ ਪਿਆ ਜਾ ਗਾ ਜਾ ਮੈਂ ਸਾਰੀਆਂ ਆ ਕੇ ਦੱਸ ਛੜੀਆਂ ਪਿਓ ਤੇ ਪਿਰਾਂ ਨੂੰ ਤੇ ਮੈਂ ਕੋਈ ਮੇਰੇ ਤਰਫ ਹੋਈ ਕਈ ਮੈਂ ਕੀਤੀ ਨਹੀਂ ਨਹੀਂ ਨਾ ਤੂੰ ਗੱਲ ਕਰ ਆਂ ਤੇ ਕਰ ਚੁੱਪ ਕਰਾਓ ਜੀ ਵਿੱਚੋਂ ਚੁੱਪ ਕਰ ਚੁੱਪ ਗੱਲ ਇਸ ਕੋ ਪੁੱਛੋ ਮੈਂ ਨੇ ਕੀ ਗੱਲ ਕੀਤੀ ਮੇਰਾ ਪੁੱਤਰ ਮੇਰੇ ਤਰਫ ਕਹਿਓ ਮੈਂ ਤੇਨੇ ਪੈਰ ਧੋ ਧੋ ਪੀਨਾ ਮੈਂ ਤੇ ਸੁੱਤੇ ਕਾਸ਼ਾ ਵੀ ਨਹੀਂ ਜਾ ਉਹ ਮੇਰਾ ਪੁੱਤਰ ਮੇਰੀ ਤਾਂ ਸੁਣ ਤੂੰ ਜੋ ਹੀ ਕਰੇ ਨਾ ਹੁਣ ਉਹ ਆਪਣੇ ਪਿਓ ਨੂੰ ਗੱਲੀ ਤੇ ਉਹ ਮੈਂ ਚੰਗੇ ਰੀਤੀ ਬਣਾ ਕੇ ਗਲੇ ਸਾਂ ਓਏ ਹੁਣ ਤਾਂ ਬਣਿਆ ਜੋ ਮਰਜ਼ੀ ਕਰਾ ਮੈਂ ਵੀ ਉਸ ਤੋਂ ਕਿਉਂ ਆ ਅੱਜ ਉਹ ਵੀ ਮੈਂ ਉਹਦਾ ਖਰਚਾ ਪਾਣੀ ਬੰਦ ਕੀਤਾ ਹੈ ਨਾ ਸਾਰਿਆਂ ਦਾ ਇਹ ਜੋ ਦੁਖਣੀ ਗਈ ਮੈਂ ਤਾਂ ਮੈਂ ਉਹਨਾਂ ਨੂੰ ਸਜ਼ਾ ਦਿੱਤੀ ਹੋਈ ਮੈਂ ਕੀ ਕਰਾਂ ਤੈਨੂੰ ਦੱਸਦਾ ਪਿਆ ਮੈਂ ਉਹਨਾਂ ਦਾ ਖਰਚਾ ਪਾਣੀ ਬੰਦ ਕੀਤਾ ਅੱਜ ਬਾ ਗਿਆ ਪਹਿਲੀ ਵਾਰ ਜ਼ਿੰਦਗੀ ਗੈਰਤ ਕਰਕੇ ਕੱਚ ਕਮਾਵਣ ਮੇਰੇ ਪੁੱਤ ਨੂੰ ਕੌਡੂ ਦੇ ਦਿੰਦੇ ਹੋ ਉਹ ਕੌਡੂ ਨਿਕਲ ਗਿਆ ਜੀ ਮੂੰਹ ਤੋਂ ਤੁਹਾਡੀ ਤੇਰੀ ਭੈਣ ਕਿਹੜੀ ਇੱਕ ਵੱਡੀ ਹੈ ਹਾਂ ਸਲਮਾਨ ਦੀ ਗੱਲ ਪੇ ਕਰਦਾ ਹਾਂ ਕਿਹੜੀ ਇੱਕ ਵੱਡੀ ਹੈ ਉਹ ਜੇ
ਕੋਠੇ ਤੇ ਲੱਗਦੀ ਏ। ਚੱਲ ਤੂੰ ਇੱਥੋਂ ਤਿੱਤਰ। ਮੇਰੇ ਵਿਆਹ ਦੀ ਬੇਇੱਜ਼ਤੀ ਕੀਤੀ, ਮੇਰਾ ਵਿਆਹ ਨੂੰ ਤਿੱਤਰ ਖਲੋਤਾ ਮੈਂ ਕੋਈ ਨਹੀਂ। ਤਿੱਤਰ ਤੁਸੀਂ ਰਾਂ ਗੱਲ ਮੁੱਕ ਗਈ। ਪਰੋਂ ਬੈਣਾ ਪੁੱਤਰ ਪਰੋਂ ਪਰੋਂ ਬਾ ਅਲੀ ਘਰ ਕੋ ਨਾ ਮੈਂ ਕੋਈ ਓਕੇ ਆ ਘਰ ਮੈਂ ਤੇਰੇ ਬੂਤ ਵਗ ਜਾਵਾਂ ਵਗ ਜਾ ਇਸ ਕੋਈ ਨਹੀਂ ਆਉਣਾ ਅਲੀ ਮੈਂ ਛੱਡਣਾ ਪੁੱਛ ਲੈਨੂੰ ਕੋਈ ਨਾ ਮੈਂ ਤੇ ਤੂੰ ਬਿਨਾਂ ਨੂੰ ਰਹਿ ਸਕਦਾ ਗੋਲੀ ਮਾਰ ਸਕੇ ਇਹਨੂੰ ਹਾਂ ਆ ਜਾ ਤੇਰਾ ਘਰ ਨਹੀਂ ਮੈਂ ਇਹ ਸਾਡਾ ਘਰ ਅਦਬਤ ਹੈ ਇਹ ਘਰ ਲੱਗਣਾ ਯਾ ਤੂੰ ਤਾਂ ਕੋਈ ਚੁੱਪ ਚ ਕਰ ਯਾ ਮੈਂ ਕੋਈ ਚੁੱਪ ਕਰ ਮੇਰੀ ਭੈਣ ਨਹੀਂ ਤੇਰੀ ਭੈਣ ਨਹੀਂ ਦੇਖਿਆ ਤੇਰੀ ਤੈਨੂੰ ਕਾਵੜ ਕੇ ਮੈਂ ਸ਼ਾਬਾਸ਼ ਕਰਤੀ ਆ ਕਰਤੀ ਪਿਓ ਦੇ ਪੁੱਤ ਨਹੀਂ ਨਹੀਂ ਇਹ ਤੂੰ ਵਗ ਜਾ ਕੋਈ ਨਹੀਂ ਮੇਰੀ ਭੈਣ ਤੇਰੇ ਨਾਲ ਜਾਮਣਾ ਇਹ ਮੇਰਾ ਹੀ ਮਰਵਾ ਦੇਈਓ ਬੜਾ ਸਲੀਮ ਕੋਈ ਨਹੀਂ ਭੈਣ ਜਾਮਣਾ ਨਹੀਂ ਕੌਣ ਗੁਣਾ ਓਏ ਕੌਣ ਛੋੜ ਨਾ ਤੂੰ ਅੱਛ ਚੁੱਪ ਕਰ ਛੋੜ ਮਾਰੂ ਮੈਂ ਉਹਨੂੰ ਓਏ ਇੱਧਰ ਜਾ ਮੇਰੀ ਗੱਲ ਸੁਣ ਚੁੱਪ ਕਰ ਇੱਕ ਵਾਰੀ ਚੱਲ ਗਾਲ ਆ ਚੱਲ ਆ ਹੁੱਕਾ ਬਖਾ ਮੇਰਾ ਜਾ ਚੂਹੇ ਜਿਹਾ ਆ ਆਏ ਵੇਖ ਲੈ ਹੱਥ ਜੋੜੀ ਬੈਠੋ ਮੈਂ ਤੂੰ ਪੈਰ ਫਦਵਾ ਲਾ ਪਰ ਘਰ ਟੋ ਪਵਾ ਦੀ ਮੇਰੀ ਗੱਲ ਸੁਣ ਮੇਰਾ ਜੱਟ ਨੂੰ ਪੰਦ ਮੇਰੀ ਗੱਲ ਸੁਣ ਹੱਥ ਜੋੜਨ ਦੀ ਕੋਈ ਨਹੀਂ ਲੋੜ ਮੈਂ ਨਹੀਂ ਕੋਈ ਜਾੜੇ ਪਿਓ ਤਾਂ ਵਿਰਾਹ ਕੋ ਰਾਣਾ ਚਾਹਨੀ ਆ ਮੈਥੋਂ ਨੇਤ ਜਾੜੇ ਦੀ ਲੜਾਈ ਬੇਸਵਾਦੀ ਤੂੰ ਮੈਂ ਥੱਕੀ ਵਦੀ ਨਹੀਂ ਹੁੰਦੀ ਮੈਂ ਇਨਾਂ ਦੜੇ ਕੇ ਰੱਖ ਸੰਗਾ ਤੇਰੇ ਸਾਹਮਣੇ ਔਰ ਵੈਸੇ ਵੀ ਇੱਕ ਵਾਰੀ ਪਿਓ ਨੂੰ ਲਾਇਆ ਵੇ ਨਾ ਉਹਨੂੰ ਮੇਰਾ ਪਿਓ ਚਾਰ ਸੁਣਾਈ ਸੀ ਤਾਂ ਉਹਨੂੰ ਪਤਾ ਲੱਗ ਸੀ ਅੱਲਾ ਮੋੜੋ ਉਹ ਨੈ ਰਸਾਈ ਕਰਸੋ ਉਹ ਤਾਂ ਮੁਣ ਮੇਰੇ ਪਿਓ ਤੇ ਵਿਰਾਹ ਦੀ ਮਰਜ਼ੀ ਉਹ ਮੁਰਜੇ ਸੁਲਾ ਗਿਆ ਉਹ ਨੈ ਆਇਆ ਮਾਫੀ ਦਿੰਦੀ ਏ ਮੈਂ ਉਹ ਤੋੜ ਬੂਤ ਲਾਇਆ ਮੈਂ ਭਾਈ ਉਹਦੇ ਨਾਲ ਮੈਂ ਦੋ ਚਾਰ ਗੱਲਾਂ ਕਰਨੀਆਂ ਤੂੰ ਛੋਰ ਹੋਇਓ ਠੀਕ ਹੈ ਭਾਵੇਂ ਜਿੱਡਾ ਵੱਡਾ ਹੋਇਆ ਤਾਂ ਛੋ ਮੈਂ ਮਨਜ਼ੂਰ ਹੈ ਉਹ ਤੁਹਾਡੇ ਇੱਥੇ ਮਿੰਤਾ ਵੀ ਕਰਕੇ ਜਾ ਸਕਦਾ ਉਹ ਅਗਲਾ ਮਿੰਤਾ ਕਰਾਵਾ ਮੈਂ ਐਡਾ ਬੇਹਿਆ ਨੂੰ ਉਹ ਮੈਂ ਬੇਹਿਆ ਨਹੀਂ ਜਿਵੇਂ ਤੁਸੀਂ ਬਣੇ ਵਦੇ ਹੋ ਜੀਵਨ ਬਣਿਆ ਵਦਾ ਉਹ ਵੀ ਕੋਈ ਨਹੀਂ ਬਸ ਐਵੇਂ ਘਰ ਮੈਂ ਉਹਨਾਂ ਝਿੜਕਦਾ ਰਹਿਣਾ ਸਾਰਿਆਂ ਨੂੰ ਮਨਾਂ ਨਾਲ ਜਿੱਥੇ ਮੈਂ ਬੀਵੀ ਉੱਥੇ ਤੁਸੀਂ ਨੇ ਟਾ ਲਿਓਂਦਾ ਨਾ ਪੁੱਤਰ ਵਾਸਤੇ ਜਿਵੇਂ ਕਰੋ ਆ ਇੰਜੇ ਕਰੇ ਆ ਤਾਂ ਸਵਾਦ ਆਵੇ ਆ ਠੀਕ ਹੈ ਜੀ ਮੈਂ ਮੁੜ ਹੁਣ ਜਾਂਦਾ ਪੈਂਦਾ ਅੱਬੂ ਨੂੰ ਮੈਂ ਲੈ ਕੇ ਆਮ ਸਰ ਠੀਕ ਹੈ ਗੱਲਾਂ ਤੁਸੀਂ ਸਹਿ ਸੁਣਾ ਲੈਂਦੇ ਹੋ ਪਰ ਇੱਕ ਗੱਲ ਇਹਨੇ ਇਸ ਪੋਤੇ ਦੀ ਤੁਹਾਨੂੰ ਰੋੜੀ ਕਿਸੇ ਨਾ ਦੇਣੀ ਵੱਟਾ ਤਾਂ ਦੂਰ ਦੀ ਗੱਲ ਆ ਮੈਂ ਜਾਣਨਾ ਤੈਨੀ ਜਾਣਨਾ ਤੈਨੀ ਮਲੰਗੀ ਚੱਲ ਲਿਆ ਹਾਂ ਐਡੀ ਗੱਲ ਕਾਇਦੀ ਉਹ ਚੱਲ ਹਾਲ ਹਾਲ ਕਦਨ ਦਾਈ ਜੀ ਮੋਂ ਸੁਣ ਲਈਏ ਨਹੀਂ ਉੱਚੇ ਬੋਲ ਇਸ ਤੇ ਦੀਆਂ ਗੱਲਾਂ ਮੈਂ ਇਹਨਾਂ ਨਾਲ ਕਾਇ ਨੂੰ ਗੱਲਣੀ ਨਾ ਜਾਣੀ ਪਈ ਚੁੱਪ ਕਰਕੇ ਮੇਰਾ ਹੁਣ ਨਾ ਮੁੜ ਕਿਉਂ ਆਖੇ ਜੀਵਨ ਆਵੇ ਤਾਂ ਤਾਂ ਮੈਂ ਉਹ ਦੋਸਤ ਰਾਏ ਉਹਦੇ ਮਾਂ ਦੀ ਯਾਦ ਕਰਾਵਾਂ ਜਦੋਂ ਨਹੀਂ ਤਿਆ ਕੇ ਮੇਰੀ ਮਿੰਤਾ ਕਰਨ ਦਾ ਮੇਰੇ ਕੋਲ ਤਾਂ 70 ਮੰਗਣ ਬੰਦਾ ਆਇਆ ਹੀ ਆਓ ਪਾਰ ਵਾਲੇ ਆਏ ਤੈਨੂੰ ਕੋਈ ਨਹੀਂ ਪਤਾ ਕਹਿੰਦੇ ਮੇਰੇ ਰਿਸ਼ਤੇਦਾਰ ਅਮੀਰ ਗੱਡੀਆਂ ਉਹਨਾਂ ਦੀਆਂ ਆਪਣੀਆਂ ਮੈਂ ਆਖਾਂ ਨਹੀਂ ਜੀਵਨ ਮੇਰਾ ਫੇਰਾ ਮੈਂ ਇਹਨਾਂ ਦੇ ਆਪਣੀਆਂ ਮੋਏ ਪਿਓ ਦਾ ਪੁੱਤਰ ਚੰਗਾ ਕੀਤੇ ਇੱਕ ਵਾਰੀ ਦੇ ਨੱਕ ਤੇ ਮਾਰੀਏ ਤੈਨੂੰ ਕੱਢੇ ਇਹਨੂੰ ਵੀ ਪਤਾ ਲੱਗੇ ਸਹੀ ਕੀਤੇ ਮੇਰਾ ਪਿਓ ਤੇ ਹੁਣ ਆਟਾ ਗੋਲ ਲਾ ਸਾਲਣ ਪੱਕਾ ਪੇ ਤੇ ਪਕਾ ਹਾਂ ਮੈਂ ਤੰਦੂਰੀ ਤਾ ਕੇ ਤੇ ਰੋਟੀਆਂ ਵੀ ਲੈਣੀ ਆ ਪਤਾ ਨਹੀਂ ਮਦ ਰੋਕੀ ਦੇ ਗਿਆ ਵੇ ਨੋਕੀਆ 1100 ਆਇਆ ਕਿੱਡਾ ਬਹੁਕਦਾ ਖਲੋਤਾ ਮੈਂ ਤਾਂ ਇਹ ਆਈ ਬਾਕੀ ਤੂੰ ਦੱਸ ਨਾ ਭਾਵੇਂ ਬਈ ਆਪੀ ਗਈ ਤਾਂ ਮੇਰਾ ਖਰਚਾ ਬੰਦ ਹੋ ਗਈ ਸੀ ਨਾ 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 ਨਹੀਂ ਦੱਸਦਾ ਹਾਂ ਪੱਕੀਆਂ ਗੱਲਾਂ ਹੋਈਆਂ ਹਾਂ ਜੀ ਨੇ ਜਾ ਕੇ ਆਖਣੇ ਦੇ ਉਹਨੂੰ ਆਖਣੇ ਜਾ ਕੇ ਬਾ ਕੋਈ ਫੋਨ ਸ਼ੋਨ ਦਾ ਬੰਦੋ ਬਸ ਕਰ ਬਈ ਆਖੋ ਤੇਰੇ ਨਾਲ ਗੱਲ ਕਿਵੇਂ ਕੀਤੀ ਕਰੇ ਠੀਕ ਤੇ ਉਹਨੂੰ ਨਾ ਦੱਸੀ ਬਈ ਅੱਜ ਮਾਨ ਆਇਆ ਮੈਨੂੰ ਲਵਣ ਵਾਸਤੇ ਬੇਸੀ ਕਰੋ ਜਾ ਹਾਂ ਠੀਕ ਹੈ ਜਾ ਤੋ ਤੇ ਮੁੜ ਮੈਨੂੰ ਦੱਸੀ ਜਿਹੜੀ ਵੀ ਗੱਲ ਹੋਵੇ ਠੀਕ ਹੈ ਮਾਤਾ ਸੇ ਚਾਹ ਲਿਆ ਜਾ ਕੇ ਚਾਹ ਲਿਆ ਜੇ ਸ਼ਮ ਨਹੀਂ ਬੇ ਉਹ ਕੰਮ ਕਰ ਰਹੀ ਪਈ ਅੱਧਾ ਕੀਤੀ ਕਲੋ ਤੂੰ ਬਾਤ ਜਮਨੀ ਹੈ ਤੂੰ ਸ਼ਾਮ ਤਣ ਜਾਈ ਚੁੱਪ ਕਰ ਨਹੀਂ ਅੱਬੂ ਆ ਗਏ ਕੀ ਹੋਇਆ ਅੱਬੂ ਅਖਰ ਕਿਲ ਨੂੰ ਪੀੜ ਚਰ ਉੱਠੀ ਖਲੋ ਬਾਣ ਦੇ ਮੈਂ ਆ ਮੈਨੂੰ ਵੀ ਕੌਣ ਮਰ ਗਿਆ ਮਰ ਕੋਈ ਨਹੀਂ ਗਿਆ ਮਰਨ ਵਾਲਾ ਹੈ ਪੀੜ ਨਿਕਲ ਗਈ ਤਕਲੀਫ ਹੁੰਦੀ ਪਈ ਹੈ ਨਾ ਕਾਹ ਨੀ ਲੋੜ ਮੁਠੀਆਂ ਦੀ ਵੀ ਕੋਈ ਚ ਨਵਾਂ ਕੰਮ ਕਰ ਲਿਆ ਸਾਰਾ ਜਾਣ ਨੇ ਦਿਹਾੜੀਆਂ ਕਰਦਾ ਰਹਿੰਦਾ ਆਖਿਆ ਨਾ ਕਾਹ ਨੀ ਲੋੜ ਤੂੰ ਹੁਣ ਪੈਰਾਂ 'ਚ ਪਕੜੀ ਗੱਤ ਆਇਆ ਗੱਤ ਸੁਣਾ ਕੀ ਸੁਣਾ ਕਿਤਨੇ ਪੈਸੇ ਲੈ ਕੇ ਆਇਆ ਕੀ 600 ਰੁਪਏ ਆਉਂਦਾ ਹੁਣ ਦੇ ਮੈਂ ਲੋੜ ਹੈ ਉੱਥੇ ਮੈਂ ਖਰਚਾ ਪੱਟ ਲੈਣੀ ਹੈ ਭਾਉ ਮੈਂ ਇੱਥੇ ਜੁੱਤੀ ਵਾਸਤੇ ਗਿਆ ਹਾਂ ਜੁੱਤੀ ਵੀ ਲਾਇਆ ਤੇ ਮੈਂ ਵੀ ਸੂਟ ਇੱਕ ਲੈਣਾ
जवाब दे मान सारे काम आखी सारे आखला मैं मलंगी आल को ठोठ ले लो खर्चे में थोड़ी सुबह मैं देखता हूं घर भी सबका फायदा कितने दाड़े दाड़ियां करदा करे लगा जा नहीं तेरी देर को घर ना जुत्ती ना ला मेरी रस्सी रस्सी गई मैं उना दे अरे ना ला जुत्ती हूं तैन मारन का कोई नहीं तू मेरा प्यो है ते पाई है अरे पाई है था बेटा मैं बेफैज नहीं अबू जा मैं जाना पे कोई लोड बैठे रहो करो अपना घर चलाओ तुसी मैं भाई ना मैं मलंगी दे बुए ते भाई संग उना दे पैर में फदने पाए थोड़े बुए हट के मैं कोई नहीं आवा चाबी लैनी गल सुनो मेरी और आ जाए मैं अपने सवाने ले के घर आऊं हां जी बाऊ खबरदार किसे आलिया नाल काई गल की अबू काई बदतमीजी की अबू है तेरा ओ कोई नहीं मैं तेरा अबू मैं ते रख के चाड़ मारनी अबू भाई मुंह च डर दे बारो अबू निकल दा पे एड़ा मैं नकम्मा नहीं मैं थोड़ा अबू कैसी कौन नहीं लड़दियां ओदे नाल ते लड़ना होण भी कोई नहीं हां ये किसे गल की कैसी तोड़ी सवाने नाल लड़दे हैं किसे गल की ते मैं थोन से कल तो अगे ही भरजाई लितर रेट रख्या होया या ते अगे ही कोई नहीं गल करें दिया पता है होर परियां दा मैं सारा पता नहीं केड़े ते भाऊ तैनू भैणा दा प्यार नजर आवणा देख के खलोता छोड़ कोई कोई चुप कर सारी गल पैसे दी मतलब भी हो सवाने सवाने तो तंदूरी ताला तो मैं आटा लेके आऊंगी हां जी सुनाओ क्या हाल है हां ठीक हां अभी तसी तो ठीक है बिल्कुल ठीक तू सुना शुक्र है अल्लाह दा ठीक ठाक मैं भी ठीक हां सुना हेलो हेलो अभी हां अच्छा मेरा घर वाला तो मेरा सौरा आ गए ले मुड़ गल ना से लो पे मैं मुड़ गल करे नहीं सबर तक कर जा ना ने मगरू लाके मेरा गल कर मैंने मैं करे नहीं है पूरी सबर तक कर जो घर आ गए तो मैं मोबाइल लुका लेवा ठीक है चल ठीक ठीक है बाय चंगा ना मगरू ला मताओ किधर गए हो या मैं इधर आ गए मोड़ आ गया की हाल है पर खबर नहीं आ क्या हाल है चाचा क्यों ओए मोड़ आ गया मेरी बहन नु लेनो जा पीड़ा चा लिया किधर गए मलंगी थोड़े प्यो कदी तो चाचा बाबा च सदियां कदी तो तमीज सीख लवे आ बोलण दे तू भी मैं तेरे प्यो नु चाचा से तेरा तेरे को मेरे प्यो नहीं सदींदा चाचा बाबा मलंगी किधर गए चाचा बाबा मलंगी किधर गया आ गए थोड़े प्यो नु घर लेनो रा आ गया मैं कोई नी साड़ी ना कोई लड़ाई है
ਨਾ ਲਾਣੀ ਨਾ ਦੇਵਣੀ ਆ ਮੂੰਹ ਤੇ ਬੈਠੀ ਹੈ ਜੇ ਮੈਂ ਤਾਂ ਕਾਹੀ ਗੱਲ ਇਹਨੂੰ ਕੀਤੀ ਹੋਈ ਕਿਸੇ ਕਿਸਮ ਦੀ ਨਹੀਂ ਇਹ ਕਾਹੀ ਨਹੀਂ ਗੱਲ ਕਰਦੇ ਅੱਬਾ ਇਹ ਤਾਂ ਸਿਰਫ ਅੱਗਾ ਸ਼ਿਸ਼ਕਾਰ ਛੁੜੇਂਦੇ ਨੇ ਇਹ ਕੋਈ ਨਹੀਂ ਗੱਲ ਕਰਦੇ ਐਡੀ ਐਡੀ ਲੰਮੀ ਜ਼ਬਾਨ ਇਹਨਾਂ ਦੀਆਂ ਧੀਆਂ ਦੀ ਹੈ ਇਹ ਉਹਨਾਂ ਨੂੰ ਝਿੜਕਣ ਦੀ ਵਜ੍ਹਾ ਉਲਟਾ ਪੁੱਤਰ ਦੀ ਬੇਇੱਜ਼ਤੀ ਕਰੇਂਦਾ ਤੂੰ ਰੰਨ ਦੇ ਆਖੇ ਲੱਗਾ ਖਲਾ ਤੂੰ ਰੰਨ ਮੁਰੀਦ ਹੈ ਤੂੰ ਰੰਨੂ ਬਣ ਗਿਆ ਹੈ ਅਛੋਰੇ ਤੇ ਅੱਬਾ ਇਹਨਾਂ ਨੂੰ ਨਾ ਹੀ ਵਾ ਸਾਹਮਣਾ ਤਾਂ ਮੋੜ ਮੈਂ ਕਿਉਂ ਪਰਨਾ ਆਖੇ ਲੈ ਗਏ ਆ ਅੱਛਾ ਇੱਕ ਮੈਨ ਗੱਲ ਦੱਸ ਜੀ ਮਣ ਇੱਕ ਮਿੰਟ ਛੋਰੇ ਤੈਨ ਮੈਂ ਕਦੀ ਕੋ ਜਾਖਿਆ ਚਲੋ ਲੜਦਾ ਤੇ ਮੈਂ ਪੁੱਤਰ ਨਾਲ ਕਿਸੇ ਨਾਲ ਲੜ ਲੈਣਾ ਤੇ ਮੇਰੇ ਪਿੱਛੇ ਲੜਦੇ ਹੋ ਨਾ ਇਨਸਾਨ ਜੀ ਹਮ ਜੇ ਕਿਸੇ ਦੇ ਕਾ ਮੂੰਹ ਚ ਨਿਕਲ ਜਾਵੇ ਤਾਂ ਮੋੜ ਕੋਤਰੇ ਹੁਣ ਜਵਾਨ ਜਵਾਨ ਚਾਚਾ ਤੁਹਾਡੀਆਂ ਧੀਆਂ ਨੇ ਸਾਰਾ ਦਿਨ ਜੁਬਾਨ ਟੁਰੀਆਂ ਰਹਿੰਦੇ ਕਿ ਮੈਂ ਭੈੜਾ ਕਰੇ ਨਹੀਂ ਆ ਵੱਡੀ ਵਰਜਾਈਆਂ ਇਤਨਾ ਤਾਂ ਮੇਰਾ ਹੱਕ ਹੈ ਨਾ ਉਹਨਾਂ ਨੂੰ ਦੌਰ ਫਿੱਟੇ ਕਰਕੇ ਘਰ ਬਹਾਵਾਂ ਲਿੱਤਾ ਰੇਟ ਤੇ ਛੋਦੀ ਰੱਖੀ ਹੋਈ ਹੋਰ ਕੀ ਕਰੇ ਤਾਂ ਬਸ ਠੀਕ ਹੈ ਨਾ ਮੈਂ ਪਿਓ ਕੋਲ ਆ ਗਏ ਤੁਸੀਂ ਆਪਣੀ ਧੀਆਂ ਨਾਲ ਸੰਭਾਲ ਲਓ ਅੱਛਾ ਤਾਂ ਚੁੱਪ ਹਾਂ ਅਬ ਚੁੱਪ ਕਰੇ ਨਾ ਅੱਛਾ ਤੂੰ ਮੈਨੂੰ ਇਹ ਦੱਸੋ ਜਦੋਂ ਤੇਰੀ ਮੇਰੀ ਸਾਖ ਦੀ ਗੱਲ ਹੋਈ ਆਈ ਤੈਨੂੰ ਮੈਂ ਆਖੀ ਮੇਰਾ ਪੁੱਤਰ ਜੇ ਨਿੱਕਾ ਇੰਨੀ ਗੱਲ ਹੋਈ ਆਈ ਜੀ ਤੇ ਮੈਂ ਤੈਨੂੰ ਸਾਖ ਦੇਣਾ ਤੈਨੂੰ ਪਤਾ ਮੇਰੀ ਸਮਾਣੀ ਤਾਂ ਮਰ ਗਈ ਹੋਈ ਹੈ ਜੀ ਤੇ ਮੈਂ ਆਪਣੇ ਹੱਥਾਂ ਨਾਲ ਪਕਾਈਨਾ ਆਪਣੇ ਹੱਥਾਂ ਨਾਲ ਗੁੰਨਾ ਹੈ ਆਏ ਮੇਰਾ ਇੱਕ ਪੋਤਰੇ ਤੂੰ ਮੈਨੂੰ ਇਹ ਦੱਸ ਜੇ ਸਿਲ ਵਗਣਾ ਹੈ ਤੇਰਾ ਪੋਤਰ ਵਗਣਾ ਉਸ ਮਾਰ ਲੈਣੀ ਤੂੰ ਛੁੱਟਣਾ ਤੂੰ ਮਾਰ ਲੈਣੀ ਕਾ ਮਾਰ ਲੈਣੀ ਓ ਯਾਰ ਖੁਦਾ ਅੱਜ ਕੇ ਨਾ ਕਾ ਮਾਰ ਲੈਣੀ ਸਾਰਾ ਜਾਣਾ ਸਾਰਾ ਨਹੀਂ ਨਹੀਂ ਮੈਂ ਕਦੀ ਤੇ ਨਾਥ ਲਾਇ ਨਹੀਂ ਅੱਬਾ ਇਹ ਉਹਨੂੰ ਨਾ ਦੀਆਂ ਗੱਲਾਂ ਚਾ ਕੇ ਬਸ ਕਿਸੇ ਨੂੰ ਉੱਚਾ ਬੁਲੰਦਾ ਮਾਰਦਾ ਕੋਈ ਨਹੀਂ ਕਿਸੇ ਘਰ 'ਚ ਹੱਥ ਲਾਇਆ ਤੈਨੂੰ ਤੇ ਮਾਰਨ ਉਲਾਰਨ ਤੇ ਮਾਰਨ ਇੱਕਾ ਗੱਲ ਹੀ ਹੈ ਇੱਕਾ ਗੱਲ ਹੈ ਜਨ ਉਲਾਰ ਤਾਂ ਰਹਿੰਦਾ ਤੇ ਬਸ ਤੇ ਕਰਾ ਲਈ ਬੜਿਆ ਇੰਜ ਮਲੰਗੀ ਤੂੰ ਵੀ ਧੀ ਦੇ ਪਾਸ ਨਾ ਕਰੋ ਮੈਂ ਉਹਨੂੰ ਅੰਗਰ ਕਦੀ ਲਾਈ ਹੋਵੇ ਮੋੜ ਗੱਲ ਕਰ ਕੇ ਮੈਂ ਤਾਂ ਆਖਿਆ ਹੀ ਇੱਕ ਮਲੰਗੀ ਕੋਲ ਜਾਂਦੀ ਪਈ ਤੇ ਦੂਏ ਮਲੰਗੀ ਦੇ ਕੋਲ ਨਹੀਂ ਤੇ ਤੇਰਾ ਖਰਚਾ ਬੰਦ ਹੋ ਗਿਆ ਕੁਝ ਬੋਲ ਲੱਗਾ ਉਹ ਯਾਰ ਮੇਰੀ ਗੱਲ ਸੁਣ ਚਾਚਾ ਜੀ ਮੋਰ ਹਾਂਜੀ ਮੈਂ ਬਹਿਨ ਨੂੰ ਕੋਈ ਰੱਖਣਾ ਅਭਾਵ ਕਰਾ ਓਏ ਲੋ ਸਕਦੀ ਆ ਤੂੰ ਅੱਬਾ ਬੋਲਣ ਦੇ ਉਸ ਬਿਰਾਏ ਮੇਰਾ ਚੁੱਪ ਕਰ ਨਾ ਛੋਰ ਚੁੱਪ ਕਰ ਅਰੇ ਚੁੱਪ ਕਰ ਸਾਡੀ ਬਿਸਤੀ ਇੰਜ ਕਰਾਉਣੀ ਹੈ ਜਿਉਂ ਤੂੰ ਕਰਿੰਦੀ ਪਈ ਜ਼ਬਾਨ ਨਾ ਕੱਢੀ ਪਿਆ ਹੁਣ ਮੈਂ ਤੇਰਾ ਚਿੱਟੀ ਦਾੜੀ ਨਾਲ ਮੈਂ ਤੇਰੇ ਬੂਹੇ ਤੇ ਬੈਠਾ ਤੇ ਮੁੰਡੂ ਤਾਂ ਗਿੱਦੜ ਜਾਏ ਕੋਲ ਬਿਸਤੀ ਮੇਰੀ ਕਰਾਈ ਖਲੋ ਗਿੱਦੜ ਜਾ ਮੇਰਾ ਬਿਰਾਏ ਅੱਛਾ ਅਰੇ ਚੁੱਪ ਕਰ ਮੇਰਾ ਬਿਰਾ ਮੇਰੀ ਗੱਲ ਸੁਣ ਐ ਆ ਵੇਖ ਪਿਛਲੀ ਵਾਰੀ ਲੜਾਈ ਹੋਈ ਮੇਰੇ ਆ ਹੱਥ ਬੱਦਾਂ ਨੂੰ ਵੇਖਿਆ ਕਰ ਤੂੰ ਲੈ ਕੇ ਆ ਗਿਓ ਹੁਣ ਹੱਥ ਤੇ ਬੰਨ ਸਕਦਾ ਲੋਲਾ ਮੈਂ ਮੈਂ ਉਸ ਗੱਲ ਛੋੜੀ ਹੱਥ ਨਾ ਬੰਨ ਮੈਂ ਐਡਾ ਹੀ ਬੇਗੈਰਤ ਨਹੀਂ ਜਿੱਦਾਂ ਮੈਂ ਤੇ ਤੂੰ ਹੱਥ ਨਹੀਂ ਬਨਾਵਾਂ ਤੇ ਇਹ ਮੈਂ ਮੋੜ ਮੋੜ ਦੇ ਮੈਂ ਧੀ ਨੂੰ ਪਰਨਾਵਣ ਲੱਗਿਆ ਆਖਿਆ ਮੇਰਾ ਧੀ ਪੋਤਰੋ ਮੈਂ ਤੈਨੂੰ ਹੁਣ ਪਰਨਾਈਂਦਾ ਪਿਆ ਤੇ ਡੋਲੀ ਤੇ ਵਿੱਚ ਪਾ ਕੇ ਦਿੰਦਾ ਪਿਆ ਤੇ ਜਨਾਜ਼ਾ ਤੇਰਾ ਇੱਥੇ ਆਵੇ ਮੈਨੂੰ ਕੋਈ ਸ਼ੌਂਕ ਨਹੀਂ ਹੁੰਦੀ ਤੇ ਧੀਆਂ ਨੂੰ ਰਸਾਵਣ ਦੀ ਅਸਾ ਤਾਂ ਸਾਰੀ ਦੇ ਉਹ ਸਾਡੀ ਬਿਰਾਦਰੀ ਜੀ ਇੱਕ ਹੋਵੇ ਗੰਗੇ ਨਾ ਯਾਰੂ ਹੋਵੇ ਸਾਡੀ ਬਿਰਾਦਰੀ ਤੈਨੂੰ ਨਹੀਂ ਪਤਾ ਉਹ ਯਾਰੂ ਦਾ ਕੰਮ ਹੈ ਬਦੀਨ ਉਸਾ ਕੇ ਬਹਾਵਣੀ ਕੋਠੀਆਂ ਤੇ ਗਲਣੀ ਮੈਂ ਬੜਾ ਸਾਰਾ ਸਮਝਦਾ ਤੂੰ ਮੇਰੀ ਲੰਗੀ ਮੇਰੀ ਗੱਲ ਸੁਣ ਜਿਹੜਾ ਅਯੋ ਜਿਹਾ ਬਾਲ ਹੁੰਦਾ ਹੈ ਅਗਰ ਇਹ ਨਾ ਪਰਨਾਈ ਸੀ ਇਹਦੀ ਢੇਰ ਸਾਰੀ ਉਮਰ ਹੈ ਤੇ ਇਸ ਐਸ ਬਹਿਣ ਨੂੰ ਕੋਈ ਨੂੰ ਵਸਣ ਦੇਣਾ ਜਿਹੜੀਆਂ ਦੀ ਗੱਲਾਂ ਔਰ ਮੇਰੀ ਗੱਲ ਜਾਵਣੀ ਕੋਈ ਓਏ ਤਨ ਰੁਕਣ ਤਾਂ ਨਹੀਂ ਪਈ ਚਾਚਾ ਮਲੰਗੀ ਹੁਣ ਕੇ ਗੱਲ ਕਰਨ ਵਾਲੀ ਗੱਲ ਮੁੱਕਾ ਹੁਣ ਕਿਹੜੀ ਪੈਸਾ ਮੈਂ ਲੈ ਜਾਵਾਂ ਤੂੰ ਮੇਰਾ ਵਿਰਾ ਹੁਣ ਹਲਾ ਠੀਕ ਹੈ ਮੈਂ ਮੁਕਾ ਤਾਂ ਸੱਟੀ ਮੁੜ ਕੱਲ ਆ ਜਾਵੀ ਮੈਂ ਕੱਲ ਨਹੀਂ ਹੁਣ ਮੈਂ ਮੇਰਾ ਤਾਂ ਜੱਟ ਨਹੀਂ ਬੰਦਾ ਕਰ ਮੈਂ ਤੈਨੂੰ ਹੁਣੇ ਲੈ ਜਾਵਾਂ ਹੁਣੇ ਜਾਵਣਾ ਅੱਬਾ ਮੇਰੀ ਹਰ ਸ਼ਾ ਕੁੰਜਣ ਵਾਲੀ ਪਈ ਐ ਸੋ ਕੋਈ ਨਹੀਂ ਕੁੰਜਣ ਵਾਲੀ ਸੁੱਠੀ ਮੈਂ ਨਾਲ ਟੋਰ ਜਾ ਮਿਹਨਤ ਹੈ ਉਹ ਤਾਂ ਠੀਕ ਨਾ ਚੱਲ ਇਹ ਕਰ ਖਲੋ ਮੈਨਾਂ ਮੇਰਾ ਖਰਚਾ ਪਹਿਲਾ ਯਾਰ 1000 ਰੁਪਏ ਰੱਖੇ ਨੇ ਪੋਤਰੀ ਜਾਇਆ ਬੇਬੇ ਖੈਰਾ ਤੋਂ ਜਾਇਆ ਚਲੋ 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 ਮੈਂ ਆਉਂਦਾ ਪਿਆ ਚਲੋ 1000 ਰੁਪਇਆ ਹੋਰ ਅਲਾ ਚਲੋ ਮੈਂ ਲੈ ਲਾਨਾ ਤੇ ਨੋਕੀਆ ਚਾਹ ਹੋਰਾਂ ਦੇ ਬੇਗੈਰਤ ਮੂੰਹ ਵਾਲੇ ਆ ਚਲੀਏ ਹੁਣ ਉਹ ਦੋਸਤ ਆ ਭਰਾ ਮੇਰੇ ਨੂੰ ਦੇ ਕੇ ਪੈਸੇ ਤੇ ਆ ਚਲੀਏ ਉਹ ਤੱਕੇ 2000 ਲਾਏ ਗਏ ਤਮਾਸ਼ਾ ਬਣ ਹਾਲ ਲੱਭੇ ਦਵਾਈ ਤਾਂ ਗੱਤ ਰਕ ਮੈਂ ਤਾਂ ਅੰਨਾ ਹੀ ਨਹੀਂ ਦਿੱਤਾ ਟੋਲ ਹਾਂ ਅੰਨਾ ਹੀ ਨਹੀਂ ਦਿੱਤਾ ਅੱਬਾ ਆ ਜਾਵੇਂ ਪਿੱਛੋਂ ਮੈਂ ਅੰਦਾ ਪਿਆ ਤੋਬਾ ਮੇਰੀ ਅੱਲਾ ਤੋਬਾ ਮੈਨੂੰ ਮੌਜ ਲੱਗੀ ਤੇਰੀ ਦੀ ਨੂੰ ਦੋ ਖੱਲੇ ਮਾਰੇ ਬਜਾ ਸੱਟਿਆ
सलमा भरजाई आ भी जासी के कोई ना, मैं तो परेशान। अल्लाह करे सी अगर भरजाई आ गई ना, आपा पता के करना है। भरजाई को ना आपा माफी मांग लवनी है। कदी भी उन्हें कोई जबान नहीं चलावनी जेड़ी थोड़ी बहुत बुलेनी है। वैसे तो सकर कहानी है ते ना ही अबे निकी निकी गाल दी ते भाव नू शैतानी लावनी है। ओ जाने मां दी जात ता है, साडे साडे और कौन है पे भरजाई तो इलावा। गाल तो सही है, ते हुए भरजाई है। हां सही है, तू सही आंदी पई है। या ते कोई वड्डी भी कोई गाल ऐसी कोई गाल होई ना, अपा वखरियां हो जसा। अगर ओ सानू लड़दी भी है साडे फायदे वास्ते लड़दी, क्योंकि ओ मां दी जात है। तैनूं पता वड्डियां भरजाईयां मावां होंदियां। हां तू ए दुआ कर हुण आ जावे। अल्लाह करे सी आ जासी। आ जाओ भाव गया ता है। आ जा आ जा, उठियो। बिलकुल लड़िया छोरियो भाई हुण ते आई है भरजाई। भाई तुसी मैं क्यों लड़ना है? झट नहीं होए तुसी लड़न लग पए हो। मैं लड़ के जावणा इना के भरजाई। आज गोश्त पकावीए है दोड़ी खुशी ओ देसी चब्बे नु आने ढंदा है। किन्ने दिन हो के पकाए नहीं है बाप दांदा ने ला बहु। असि आप कसा है चा चुचन यखनी खा के उठी नंदा। मैं नब्बे दा नहीं पता है हुण भाई कितना खुश है। असि आप कसा है भाई ते रोस के प्यार आंदा आई। भाई तो साडे ना बोलदा ही कोई नहीं। हुण तुसी आए तो भाई अच्छा ठीक है जेठ छदे लेने पका लो। मैं तो सच संगा भोनी आदा तो बड़ा मजेदार खिदमत करे आए। जाओ पानी मिलाओ, कोई कोई पानी लाओ, को पैर धो। कोई बजाए बजाए नो से पहले पानी पिला ले। ले पानी, ले पानी पी। मैं पी लिया बस। ठीक है तुसी काम करो अपना। बोतल लाए होते का बोतल ਕੀ ਮੂੰਹ ਹੀ ਨਾ ਕੱਢਿਆ ਕਰ। ਪਤਾ ਹੀ ਮੇਰੇ ਹਾਂ ਨੂੰ ਕੁਝ ਹੁੰਦਾ। ਅਸੀਂ ਸਾਰੇ ਟੱਬਰ ਨੂੰ ਕੁਝ ਹੋਣ ਲੱਗ ਜਾਂਦਾ ਜਦੋਂ ਤੂੰ ਹੀ ਮੂੰਹ ਕੱਢ ਲਈ। ਅੱਛਾ ਕੁਝ ਨਹੀਂ ਮੈਂ ਛੁਆਰਾ ਦੇ ਨਾ ਜਿਹੜੇ ਤੂੰ ਜ਼ਵਾਨਾਂ ਦੇ ਥੱਲੇ ਲੱਗੋ। ਮੈਂ ਕਹਿੰਦਾ ਹਾਂ ਮੈਂ ਲੱਗੋ ਆ, ਮੈਂ ਉਹਦੇ ਥੱਲੇ ਲੱਗ ਕੇ ਰਹਿਣਾ। ਮੈਂ ਰਨ ਮੁਰੀਦ ਹਾਂ, ਮੈਂ ਸਾਰੀ ਜ਼ਿੰਦਗੀ ਰਹਿਣਾ। ਉਹ ਛੋਦੀ ਸਾਰੀ ਜ਼ਿੰਦਗੀ ਉਸ ਘਰ ਬਹਿ ਕੇ ਪਿਓ ਕੋਲ ਇਹ ਸੁਣਦੀ ਰਹੀ ਕਿ ਅਗਲੇ ਘਰ ਜਾ ਕੇ ਲੂਟ ਕਰੀ ਹੈਂ। ਅਤੇ ਹੁਣ ਜੇ ਇਸ ਘਰ ਆਈ ਤਾਂ ਮੈਂ ਲੂਟ ਹੀ ਨਾ ਕਰਾਈ। ਮੈਂ ਤਾਂ ਸਾਰਿਆਂ ਨੇ ਨੱਕ 'ਤੇ ਮਰੇ ਨਾ। ਮੈਂ ਤਾਂ ਤੇਰੇ ਨਾਲ ਪਿਆਰ ਹੈ ਤਾਂ ਬਹੁਤ ਪਿਆਰ ਹੈ। ਉਹ ਕਿਹੜਾ ਪਿਆਰ ਹੈ ਜਿਹੜਾ ਇੱਥੇ ਚਾਰ ਬੰਦੇ ਦੇ ਸਾਹਮਣੇ ਮੈਂ ਤੇ ਮਾਰੀ ਕੁੱਟੀ ਰੱਖਾਂ ਤੇ ਅੰਦਰ ਤੇਰੀ ਅੱਖ ਨਹੀਂ? ਮੈਨੂੰ ਤੇਰੇ ਨਾਲ ਪਿਆਰ ਹੈ। ਇਹੋ ਜਿਹਾ ਪਿਆਰ ਮੇਰਾ ਕੋਈ ਨੂੰ, ਮੇਰਾ ਤਾਂ ਵੱਜ ਗਾਜ ਕੇ ਤਾਂ ਸਾਰੇ ਜਾਣੇ। ਮੈਂ ਤਾਂ ਪਿਓ ਨੂੰ ਪਹਿਲੀ ਦੀਵਾਰ ਗੱਲ ਕਰ ਲਈ ਹੈ। ਮੈਂ ਖੱਬਾ ਗੱਲ ਹੀ ਸਿੱਧੀ, ਮੇਰੇ ਜਨਾ ਨਹੀਂ ਕੁਝ ਕੀਤਾ। ਮੈਂ ਦੱਸ, ਮੈਂ ਆਪਣੇ ਜਨਾਨੇ ਨਾਲ ਗੱਲ ਕਰ ਸਕਾਂ? ਤੇਰਾ ਕੋਈ ਅੱਖ ਨਹੀਂ ਬਣਦਾ ਹੁਣ ਗੱਲ ਕਰਨ ਦਾ? ਉਹ ਕੋਈ ਇੱਥੇ ਕਿਸੇ ਦੇ ਨੌਕਰ ਨਹੀਂ ਬਣ ਕੇ ਆਈ। ਅੱਛਾ ਬਸ ਕਰਨਾ ਚੁੱਪ ਕਰ। ਮੈਂ ਤਾਂ ਕਾਵੜ ਦਾ ਪਿਆ, ਇਸੇ ਗੱਲ ਤੂੰ ਬਿਥੇ ਇੰਨਾ ਕੋ ਜਾ ਕੇ ਇਹ ਹੁਣ ਕੋਈ ਗੱਲ ਕਰੇ। ਮੈਂ ਦੱਸ ਤੇ ਮੈਂ ਹੁਣ ਐਮਸਾਂ ਰਿਸ਼ਤੇਦਾਰ ਕਿਤੇ ਖਾ ਆ ਗਏ। ਮੈਂ ਉਹਦੇ ਆਪਣੀ ਕਾਸ਼ਾ ਨੂੰ ਖਾਧੀ। ਅੱਛਾ ਠੀਕ ਹੈ, ਰਲ ਕੇ ਖਸਾ। ਕਾਈ ਸਮਝ ਨਹੀਂ ਆਉਂਦੀ ਪਈ। ਇੱਕ ਪਾਸੇ ਉਹ ਹੈ ਜਿਹਦੇ ਨਾਲ ਇਤਨੇ ਅਰਸੇ ਤੋਂ ਪਿਆਰ ਕਰੇਨੀ ਆ, ਇੱਕ ਪਾਸੇ ਉਹ ਹੈ ਜਿਹੜਾ ਕਿ ਮੇਰੇ ਪੈਰ ਹੀ ਧੋ ਕੇ ਪੀਵਣ ਨੂੰ ਤਿਆਰ ਹੈ, ਔਰ ਮੈਂ ਬੇਵਕੂਫ ਹਾਂ ਉਸ 'ਤੇ ਮਰਦੀ ਹਾਂ। ਮੈਨੂੰ ਇਹਦੇ ਨਾਲ ਕੋਈ ਪਿਆਰ ਨਹੀਂ।
और एक गल तो है यार, दियाँ पेके घर लाड़ करें दियाँ, तू तो चुप कर दिया, मेरा सिर खादी खलोती है, दियाँ पेके घर लाड़ अगर करें दियाँ, इन नशो दियाँ तो मैं इत्थे भी नहीं लाड़ करन दें दी, सावरे घर ही नानु किस लाड़ करवाने, मैं आप फोन टेंशन होने लग गई है, पर नहीं आज तो बाद इन छोरी मैं कुछ नहीं आखना, कुछ भी हो गए आखिर ये भी तो इस घर दियाँ धियाँ नहीं नांदा भी हक के खुल के जीवना हस खेड के, क्योंकि पेके घर के जेडे लाड़ते नाज आते ना, वो तो सारी जिंदगी याद रहा, मैं प्यो दे घर अज भी गई हाँ तो उन्हें मैं आख्या बकुनी तू चाड़ मैं बहानी हाँ, ये छोदियाँ ना पेके घर हस सके ना सावरे घर, ये भी तो आखिर धियाँ ना इस घर दियाँ मालिक इन्ने भरजाई रोटी छोटी पक्की पी लाया वा भाऊ कि गए भरजाई इधर बो भाऊ मेरी गल सुन सलमा पता नहीं फोन क्यों नहीं चल रहा नंबर ही बंद होता पे ओए और हमें ना दसो फोन नंबर नंबर क्यों बंद है आ थोड़ा फोन ये फोन तो तू ले भाग गई है किधर भाग गई है घर अपने क्यों तो 1000 रुपए लाए के मैं मोला ले आओ ना मैं 2000 रुपए दिता है थोर त्रिडे या तू ना देना रल गया है नहीं नहीं 2000 रुपए दिता मना कि मैं करम तू से मैं 1000 रुपए दे के तो पागल है मेरे को और ले ले मैं तू से मैं आके तो कोई ना मोला के ले ले मैं आके ले ले मैं ओनो भाग गई उन बोल जाए पूरी जिंदगी का नो भाग गई उनो सही हो गई और दफा हो जाए तू निकल तू कौन मैं ठीक है और मिलने ना प्यामी त्रिडा जा ये भी हाथ कर गया तो भी हाथ कर गया सलमा हाँ जी मेरी गाल सुन तू है वड्डी ते आज तू बात तेन मेरे तू डरन दी ना भाई तो फिर जाई बोला था डड्डा पे मैं चा ले आई हूं बहुत थले आज तू बाद ना जेडी होंदी ना वड्डी भर जाई ओ मावा दी जा होंदी ते आज तू बाद मैं तेरी मां ली कमी तो नहीं पूरी कर सकदी पर इने समझी के मेरी वड्डी भर जाई मेरी मां है की हो गया तेन मैं आके जा भरजाई नु लाया रोटी ठंडी होंदी पे लगी पई आ जाओ ते बाऊ किते गया ਤੁਸੀਂ ਖਾ ਲਓ ਤੁਹਾਡਾ ਵੀਰਾ ਆਇਆ ਤਾਂ ਮੈਂ ਉਸ ਲਈ ਰੋਟੀ ਖਾ ਸਾਂ ਅਤੇ ਅੱਜ ਤੋਂ ਬਾਅਦ ਇਹ ਗੱਲ ਮੈਂ ਸਲਮਾ ਨੂੰ ਕਰਦੀ ਪਈ ਰੱਬੋ ਤੁਸੀਂ ਤਰੇ ਹੀ ਹੋ ਗਈ ਹੋ ਇਕੱਠੀਆਂ ਮੇਰੇ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਇਨਸਾਨ ਹਾਂ ਮੈਂ ਕੋਈ ਬਲਾਂ ਤਾਂ ਨਹੀਂ ਨਾ ਨਹੀਂ ਨਾ ਪਰ ਮੈਂ ਵੀ ਤੁਹਾਡੇ ਰੰਗੀ ਛੂਏ ਰਾਂ ਮੇਰੇ ਨਾਲ ਹੱਸ ਖੇਡ ਕੇ ਬਲਕਿ ਕੋਈ ਵੀ ਟੈਨਸ਼ਨ ਨਹੀਂ ਤੁਸੀਂ ਮੈਂ ਇਸ ਘਰ ਦੇ ਵਿੱਚ ਔਰਤ ਆ ਨਾ ਮੇਰੇ ਨਾਲ ਤੁਸੀਂ ਦੁੱਖ ਦਰਦ ਹੀ ਆਪਣੀ ਖੋਲ ਸਕਦੀਆਂ ਹੋ ਨਹੀਂ ਭਰਜਾਈ ਐਵੇਂ ਦੇ ਅਗਰ ਤੁਸੀਂ ਚਾਰ ਕਾਰ ਹੀ ਲਾਓ ਨਾ ਤਾਂ ਤੁਸੀਂ ਸਾਡੀ ਮਾਵਾਂ ਦੀ ਜਾਤ ਹੋ ਵੱਡੀਆਂ ਭਰਜਾਈਆਂ ਮਾਵਾਂ ਦੀ ਜਾਤ ਮਾਵਾਂ ਦੀ ਜਾਤ ਨਹੀਂ ਤੁਸੀਂ ਸਾਡੀ ਮਾਂ ਹੀ ਹੋ ਨਹੀਂ ਨਹੀਂ ਤੁਸੀਂ ਸਾਡੇ ਤੋਂ ਔਖੇ ਹੋ ਨਾ ਤਾਂ ਅਸੀਂ ਵੱਖਰੀਆਂ ਹੋ ਜਾਂਦੇ ਹਾਂ ਨਾ ਸਲਮਾ ਇਹ ਕਿਵੇਂ ਤੂੰ ਸੋਚ ਲਿਆ ਭਰਜਾਈ ਮੈਂ ਸਹੀ ਸੋਚਿੰਦੀ ਮੇਰੀ ਮੇਰੇ ਵੱਲ ਵੇਖ ਤੁਹਾਡੀਆਂ ਮੈਂ ਸ਼ਾਦੀਆਂ ਕਰਨੀਆਂ ਤੁਹਾਡੇ ਨਾਜ਼ ਲੋੜ ਅਜੇ ਉਠਾਉਣੇ ਤੁਹਾਡੀਆਂ ਡੋਲੀਆਂ ਇੱਥੋਂ ਆਪਣੇ ਹੱਥਾਂ ਨਾਲ ਤੋਰਨੀਆਂ ਕਦੀ ਵੀ ਇਹਨਾਂ ਸੋਚੀ ਕਿ ਤੁਹਾਡੀ ਫਰੇ ਬਲਕਿ ਜਿਹੜੀਆਂ ਅੱਜ ਤੱਕ ਹੋ ਗਈਆਂ ਨਾ ਉਹਦੀ ਵਾਸਤੇ ਆਵੇ ਦੀ ਵੀ ਮੈਨੂੰ ਮਾਫ਼ ਨਾ ਭਰਜਾਈ ਤੂੰ ਵੀ ਤੈਨੂੰ ਮੈਂ ਹਮੇਸ਼ਾ ਲਿੱਤਰਾਂ ਨਾਲ ਮਰੇਂਦੀ ਰਹੀ ਹਾਂ ਖੱਪਦੀ ਰਹੀ ਹਾਂ ਤੂੰ ਵੀ ਬੁਸ਼ਰਾ ਬਸ ਅੱਜ ਤੋਂ ਬਾਅਦ ਮੈਂ ਤੁਹਾਡੀ ਇਨਸ਼ਾਅੱਲਾ ਵੱਡੀ ਭਰਜਾਈ ਅਤੇ ਮਾਂ ਅਤੇ ਭੈਣ ਬਣ ਕੇ ਰਾਸਾਂ ਰੋਵਣਾ ਨਹੀਂ ਮੈਂ ਸ਼ਾਮ ਦੇ ਵੇਲੇ ਧੀਆਂ ਘਰਾਂ ਦੇ ਵਿੱਚ ਰੋਂਦੀਆਂ ਨੇ ਕਦੀ ਨਾ ਰੱਬ ਦੀ ਜ਼ਾਤ ਤੁਹਾਨੂੰ ਰਵਾਵੇ ਭਰਜਾਈ ਨਹੀਂ ਸਾਡੀ ਖੁਸ਼ੀ ਦੇ ਹੰਝੂ ਨਿਕਲਦੀਆਂ ਪਈਆਂ ਬਸ ਤੁਸੀਂ ਖੁਸ਼ ਹੋ ਕੇ ਰਹਿਣਾ ਰੋਟੀ ਤੁਸੀਂ ਖਾ ਲਓ ਅਤੇ ਚਾਚੂ ਨੂੰ ਵੀ ਮੈਂ ਤੇਰੇ ਵੀਰਾਂ ਨਾਲ ਰੋਟੀ ਖਾਸਾਂ ਜਾਓ ਤੁਸੀਂ ਖਾ ਲਓ ਸ਼ਾਬਾਸ਼ ਜਾਓ ਜਾਓ ਸ਼ਾਬਾਸ਼ ਤੁਸੀਂ ਖਾ ਲਓ ਛੋਰੀ ਕਿਤੇ ਗਈਆਂ ਨੇ ਮੈਨੂੰ ਕੱਪੜੇ ਦੇ ਮੈਂ ਦਿਹਾੜੀ ਤੇ ਜਾਵਣਾ ਚਾਚਾ ਗੱਲ ਸੁਣੋ ਨਾ ਕਿਤੇ ਜਾਓ ਤੁਸੀਂ ਮੈਂ ਦਿਹਾੜੀ ਤੇ ਮੇਰਾ ਪੁੱਤ ਜਾਵਾਂ ਕਿਉਂ ਉਹ ਜਾਂਦਾ ਰਹਿੰਦਾ ਅੱਗੇ ਮਾਨ ਕੌੜੀਂਦਾ ਹੈ ਬੱਚੋ ਉਹਨੇ ਵੇਲਾ ਪਿਆ ਰਹਿੰਦਾ ਨਹੀਂ ਮਾਨ ਕਿਉਂ ਕੜੀ ਹੋਣਾ ਚਾਚਾ ਤੁਸੀਂ ਬਵੋ ਮਾਨ ਕੰਮ ਤੇ ਜਾ ਸੀ ਅੱਜ ਤੋਂ ਬਾਅਦ ਜਿਹੜਾ ਮਾਨ ਖਰਚਾ ਲੈ ਕੇ ਉਸ ਅਸੀਂ ਸਾਰੇ ਰਲ ਕੇ ਗੁਜ਼ਾਰਾ ਕਰਸਾਂ ਇਸ ਘਰ ਦੇ ਵਿੱਚ ਮੈਂ ਪਰਨੀਕ ਆਈ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਹਾਡਾ ਹੱਕ ਖਤਮ ਹੋ ਗਿਆ ਤੁਸੀਂ ਪਿਓ ਅਤੇ ਉਹ ਭੈਣਾਂ ਨੂੰ ਮੇਰੇ ਤੋਂ ਜ਼ਿਆਦਾ ਤਾਂ ਤੁਹਾਡਾ ਮਾਨ ਅਤੇ ਹੱਕ ਹੈ ਮੈਂ ਕੌਣ ਆਉਂਦੀ ਹਾਂ ਤੁਹਾਡਾ ਹੱਕ ਹੋਣ ਵਾਲੀ ਮੈਂ ਤਾਂ ਪਰਾਈ ਹਾਂ ਕੱਲ੍ਹ ਆਈ ਹਾਂ ਮੈਂ ਕਿਵੇਂ ਇਸ ਘਰ ਦੇ ਵਿੱਚ ਐਡੀ ਚੌਕੜੀ ਮਾਰ ਕੇ ਬਹਿ ਸਕਦੀ ਹਾਂ ਬਲਕਿ ਤੁਹਾਡਾ ਦਿਲ ਕਰੇ ਤਾਂ ਮੇਰੇ ਸਿਰ 'ਤੇ ਇੱਜ਼ਤ ਦਾ ਹੱਥ ਰੱਖੋ ਨਹੀਂ ਤਾਂ ਤੁਹਾਡਾ ਦਿਲ ਕਰੇ ਤਾਂ ਠੁੱਡਾ ਮਾਰ ਕੇ ਘਰੋਂ ਬਾਹਰ ਕੱਢ ਸਕੋ ਮੇਰਾ ਪੁੱਤ ਅਸਾਂ ਕਿਉਂ ਘਰੋਂ ਬਾਹਰ ਕੱਢਣੀ ਅੱਲਾ ਜੀ ਚਾਚਾ ਜਿਹੜੀ ਹੋ ਗਈ ਉਹਦੀ ਮੈਨੂੰ ਮਾਫ਼ੀ ਦੇ ਚਾਹ ਨਹੀਂ ਮੇਰੇ ਪੁੱਤ ਹੱਥ ਅੱਜ ਤੋਂ ਬਾਅਦ ਤੁਸੀਂ ਹੁਕਮ ਜੋ ਕਰੇ ਸੋ ਤੁਹਾਡਾ ਹੁਕਮ ਸੇ ਰੱਖੀ ਤੇ ਇਸ ਘਰ ਦੇ ਵਿੱਚ ਅਗਰ ਉੱਚੀ ਆਵਾਜ਼ ਹੋਈ ਤਾਂ ਸਿਰਫ ਤੁਹਾਡੀ ਹੋ ਸੀ ਬਾਕੀ ਸਾਰੇ ਅਸੀਂ ਦੀਆਂ ਪੁੱਤਰ ਤੁਹਾਡੇ ਬਣ ਕੇ ਨਾ ਅਤੇ ਆਪਣਾ ਫਰਜ਼ ਅਦਾ ਕਰਸਾਂ ਕਿ ਅਸੀਂ ਇੱਕ ਦੂਜੇ ਦੀ ਗੱਲ ਮੰਨ ਕੇ ਰਸਾਂ ਕਿਉਂਕਿ ਮੈਂ ਸੁਣਿਆ ਨਾ ਇਤਫਾਕ 'ਚ ਹੀ ਬਰਕਤ ਹੈ
पर अगर एक गलत राह ते है ना चाचा दूजे दा काम है उनू सीधे राह ते लावणा नहीं तुसी तां वड्डे हो ना मेरे कान च उफा दे के आखो के तेरा घर है तेरा हक है तू इत्थे अपना इज्जत नाल बाओ नहीं मेरा पोतरो मेरी मजाल है मैं तेरे कान च उफा दे कोई नहीं तुसी दिहाड़ी ते कोई नहीं जावणा बस मान जासी हां तुसी ना लवो ते हाथ मुंह धो के रोटी खा लवो उठी वो रोटी लाग मैं पुछया आई तो सख्या अब्बा वग जा दिहाड़ी ला मान मैं तू वध सकदा है ਤੁਸੀਂ ਪਰ ਮੈਂ ਬਲਕਿ ਮਾਨ ਨਾਲ ਆਪ ਜਾ ਕੇ ਗੱਲ ਕਰੇਨੀ ਆ ਤੁਸੀਂ ਬਾਬੋ ਮੈਂ ਡਰਨ ਅੰਗਾ ਪਿਆ ਮਾਨ ਕੋਲੋਂ ਮੇਰੀ ਗੱਲ ਤਾਂ ਜਾਂਦਾ ਪਿਆ ਦਿਹਾੜੀ ਤੇ ਮੈਂ ਜਾਂਦਾ ਪਿਆ ਕਾਇ ਨਹੀਂ ਲੋੜ ਬਾਬਾ ਸਕ ਤੁਸੀਂ ਕੀ ਅੱਬੇ ਨਾ ਦੇਖ ਲੋ ਤੇ ਉਹ ਕੰਮ ਤੇ ਜਾਵੇ ਉਹ ਪਹਿਲੇ ਆ ਦੋਨਾਂ ਕਿਉਂ ਆ ਦੋਨਾਂ ਕਿਉਂ ਉਹ ਆਦਾ ਮੈਂ ਕਮਾ ਕੇ ਵੀ ਕੇ ਸਮਾਂ ਖਲਾਂ ਵਿਖਾ ਇਹਨਾਂ ਪਤਾ ਲੱਗੇ ਅੱਬੂ ਕੋਲ ਮਾਫੀ ਮੰਗ ਤੋ ਪਹਿਲੇ ਲੈ ਮਾਫੀ ਮੰਗ ਮੈਂ ਆਦੀ ਪਈਆਂ ਅੱਛਾ ਠੀਕ ਹੈ ਮੁੜ ਮੈਂ ਪੇਕੇ ਤੇ ਨਹੀਂ ਅੱਬਾ ਤੇਰੀ ਸਾਰੀ ਜ਼ਿੰਦਗੀ ਮੈਂ ਪੈਰ ਫਸਾ ਹੀ ਲਾ ਤੇਰੀ ਵਈਆਂ ਤੂੰ ਮੈਂ ਇਤੇ ਨਾ ਜੇ ਗੱਲ ਦੱਸਾਂ ਰਾਂਡ ਤੁਰਸ ਕੇ ਜਾਂਦੀ ਨਹੀਂ ਜਾਂਦੀ ਤਾਂ ਵਾਗ ਜਾਣਾ ਚਾਹ ਨਹੀਂ ਜਾਂਦੀ ਆਖਿਆ ਨਾ ਮੈਂ ਸਭੇ ਨੂੰ ਬਹੁਤ ਪਿਆਰ ਕਰਦਾ ਬਹੁਤ ਢੇਰ ਪਿਆਰ ਕਰਦਾ ਪਰ ਤੂੰ ਲੜਦੀ ਐ ਇਸ ਵਜ੍ਹਾ ਤੋਂ ਮੈਂ ਸਾਰਿਆਂ ਦਾ ਪਿਆਰ ਛੱਡ ਦਿੱਤੇ ਰਹਿਣਾ ਦਾ ਅੱਬੇ ਦਾ ਸਾਰਿਆਂ ਦਾ ਮੇਰੀ ਗੱਲ ਸੁਣ ਸਵਾਣੀ ਉਤਰ ਉਠੀ ਮੈਂ ਮੇਰੀ ਗੱਲ ਸੁਣ ਅੱਬਾ ਸੱਚੀ ਸੱਚੀ ਦਾ ਸੇਕਲ ਲੈਂਦੇ ਤੇ ਮਾਫੀ ਕੋਈ ਨਹੀਂ ਮੰਗਦਾ ਹੁੰਦਾ ਅੱਛਾ ਮੇਰੀ ਗੱਲ ਸੁਣ ਲਾ ਮੇਰੇ ਜਿਹੀਆਂ ਤਾਂ ਚਾਚਾ ਕਿਤਨੀਆਂ ਆਈਆਂ ਤੇ ਕਿਤਨੀਆਂ ਗਈਆਂ ਲੇਕਿਨ ਨਾ ਅੰਮਾ ਤੇ ਪਿਓ ਆਉਣਾ ਤੇ ਨਾ ਭੈਣਾ ਬਿਰਾਵਾਂ ਮੁੜ ਜੰਮਣਾ ਬਲਕਿ ਤੇਰਾ ਵੀ ਹੱਕ ਹੈ ਮੈਂ ਜਿਵੇਂ ਪਿਓ ਦੀ ਵਿਗੜੀ ਹੋਈ ਹਾਂ ਲਾਡਾਂ ਦੀ ਗੁੱਤੋਂ ਵੀ ਲਾਡ ਇਤਨੇ ਚੱਕਰ ਆਏ ਮੈਨੂੰ ਕਦੀ ਪਤਾ ਹੀ ਨਹੀਂ ਲੱਗਾ ਕਿ ਮੈਂ ਇਸ ਘਰ ਦੇ ਵਿੱਚ ਮਾਲਕ ਹਾਂ ਨਾ ਹਾਂ ਜਾਂ ਮੇਰਾ ਕੀ ਹੱਕ ਹੈ ਮੈਂ ਕੂੜ ਵੀ ਮਾਰਨ ਤਾਂ ਧੋਏ ਮੰਨੇ ਅੱਜ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਤੂੰ ਵੀ ਮੈਨੂੰ ਮਾਫ਼ ਕਰ ਜਾ ਇਹ ਤੇਰਾ ਪਿਓ ਹੈ ਮੇਰੇ ਪੁੱਤਰ ਇੱਥੇ ਦੀ ਚੋਰੀ ਮੇਰੇ ਕੋਲ ਮਾਫ਼ੀ ਮੰਗਦਾ ਹੈ ਤੇਰੀਆਂ ਭੈਣਾਂ ਨੂੰ ਤੇਰੇ ਸਾਹਮਣੇ ਨਾਲ ਮੰਗਦਾ ਤੂੰ ਮੈਨੂੰ ਮਾਫ਼ ਕਰ ਜਾ ਮੈਂ ਆਪਣੇ ਆਪ ਨੂੰ ਇਤਨਾ ਜ਼ਾਲਿਮ ਤੇ ਇਤਨਾ ਡਾਡਾ ਮਸ਼ਹੂਰ ਕੀਤਾ ਕਿ ਤੂੰ ਮੈਥੋਂ ਡਰ ਕੇ ਤੇ ਬਾਅਦ ਲੇਕਿਨ ਇਹ ਰੱਬ ਦੀ ਜ਼ਾਤ ਦੀ ਨਜ਼ਰ ਆਈ ਤਾਂ ਤੂੰ ਸਾਫ਼ ਇਹਨਾਂ ਤੋਂ ਪਿਓ ਕੋਲੋਂ ਮਾਫ਼ੀ ਤੇ ਮੰਗਦਾ ਰਿਹਾ ਇਤਨਾ ਬਸ ਅੱਜ ਤੋਂ ਬਾਅਦ ਮੇਰੀਆਂ ਲੁਕਾਈ ਨਾ ਪੋਸੇ ਹੋ ਸਕੇ ਤੇ ਮੈਨੂੰ ਮਾਫ਼ ਕਰ ਛੱਡੀ ਤੋ ਪਰ ਮੈਂ ਬੱਚੀਆਂ ਤੋਂ ਵੀ ਚਾਚਾ ਮਾਫ਼ੀ ਮੰਗੀ ਹੈ ਤੁਹਾਡੇ ਕੋਲ ਵੀ ਮੰਗਦੀ ਪਈ ਹਾਂ ਬਸ ਠੀਕ ਹੈ ਮੇਰੇ ਕੋਲ ਬੋਲੋ ਵੀ ਚੱਲਾ ਸਲਮਾ ਅੱਜ ਪਤਾ ਲੱਗਾ ਹਾਲਤ ਅਗਰ ਸਾਫ਼ ਹੋ ਜਾਵੇ ਤੋ ਘਰ ਦੀ ਵਾਕੇ ਮਾਲਕਨ ਬਣ ਜਾ ਮਹਿਕ ਹੋਰ ਆ ਮੇਰੇ ਪੁੱਤ ਆ ਮੈਂ ਤੁਹਾਨੂੰ ਸਾਰਿਆਂ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਨਹੀਂ ਮੇਰੇ ਪੁੱਤ ਬਸ ਸਾਰਿਆਂ ਨੂੰ ਲੜਦਾ ਨਹੀਂ ਉਹ ਤੇਰੀਆਂ ਭੈਣਾਂ ਨੇ ਮੈਂ ਆਪਣਾ ਘਰ ਬਚਾ ਮੰਗਦਾ ਤੇ ਮਾਫੀ ਨਹੀਂ ਆਪਣੇ ਘਰ ਵਿੱਚ ਛੇੜ ਤੇ ਸਪਿੰਡ ਪਰ ਆ ਰਹੀਆਂ ਤੇ ਦਿਨ ਮੈਂ ਬਹੁਤ ਮਾਰਦਾ ਹੁਣ ਨਾ ਵਿੱਚ ਨਹੀਂ ਮਾਰਾ ਅੱਜ ਤੋਂ ਬਾਅਦ ਇਹ ਸਾਡੇ ਘਰ ਤੇ ਸਾਡੇ ਇੱਕ ਦੂਜੇ ਦੇ ਨਾਲ ਕਦੀ ਸਾਡੇ ਦਰਮਿਆਨ ਦੇ ਵਿੱਚ ਨਾ ਤੀਲਾ ਹੀ ਨਾ ਲੱਗ ਸੀ ਪਤਾ ਹੈ ਇਹ ਇੱਕ ਦੂਜੇ ਨਾਲ ਜੋੜ ਕੇ ਜਿਹੜੇ ਘਰੇ ਨੌ ਆਉਂਦੀ ਨਾ ਉਹ ਚਾਵੇ ਤਾਂ ਸਾਰੇ ਨਾਲ ਇਕੱਠਾ ਵੀ ਕਰ ਸਕਦੀ ਹੈ ਸਹੀ ਗੱਲ ਹੈ ਉਹ ਚਾਵੇ ਤਾਂ ਸਾਰਿਆਂ ਨੂੰ ਫੋੜ ਵੀ ਇੱਕ ਮਨ ਮੇਰੇ ਪੁੱਤਰ ਦੇ ਹੱਥ ਜੁੜੇ ਨਾ ਆ ਵਿਰਾਹ ਨੂੰ ਪਰਨਾ ਛੋ ਅਸਲਾਮ ਅਲੈਕੁਮ ਜੀ ਮੈਂ ਤੁਹਾਡਾ ਮਾਨ ਜੀ ਤੇ ਮੈਂ ਤੁਹਾਡੀ ਆਲੀਆ ਮਲੇ ਹਰੀ ਆਵਾਮ ਤੁਹਾਡੇ ਸਾਹਮਣੇ ਸਭ ਤੋਂ ਪਹਿਲੇ ਮੈਂ ਮਾਈਕ ਇਸਤਫਾਦਾ ਕਿ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਹੈ ਤੁਹਾਡੇ ਬਹੁਤ ਕਮੈਂਟ ਨੇ ਭੈਣ ਚਾਚੀ ਨਾਲ ਪਾਰਟ 2 ਅਪਲੋਡ ਕਰੋ ਯਾਰ ਉਹ ਇੱਕ ਕਰੈਕਟਰ ਵਿੱਚ ਮਿਸਿੰਗ ਹੋ ਗਿਆ ਥੋੜਾ ਜਿਹਾ ਮਾਨੂਰ ਵਾਲਾ ਕਿਉਂਕਿ ਉਹ ਛੋੜ ਕੇ ਚਲੀ ਗਈ ਹੈ ਨਾ ਤੇ ਇਸ ਵਾਸਤੇ ਥੋੜਾ ਜਿਹਾ ਕਨਫਿਊਜ਼ ਹਾਂ ਵੀ ਅਗਲਾ ਸੀਨ ਕੀ ਬਣਾਵੀਏ ਤੇ ਇਨਸ਼ਾਅੱਲਾ ਉਹ ਕਰੈਕਟਰ ਪਾਰਟ 2 ਜਿਹੜਾ ਹੈ ਉਹ ਤਿਆਰ ਕਰ ਰਹੇ ਆ ਕਰੈਕਟਰ ਰਿਪਲੇਸ ਕਰਦੇ ਪਏ ਨਿਊ ਕਰੈਕਟਰ ਰਿਪਲੇਸ ਕਰਸਾਂ ਅਸੀਂ ਜ਼ਰੂਰ ਅਪਲੋਡ ਕਰਸਾਂ ਆਹ ਵੇਖ ਲਓ ਮੈਂ ਤਾਂ ਫੋਨ ਤੇ ਮੈਸੇਜ ਕਾਲਾਂ ਕਮੈਂਟਸ ਪੜ ਪੜ ਕੇ ਥੱਕਾ ਪਿਆ ਤੇ ਇਨਸ਼ਾਅੱਲਾ ਚਾਚੀ ਨਾਲ ਪਿਆਰ 2 ਉਹ ਜ਼ਰੂਰ ਅਸੀਂ ਅਪਲੋਡ ਕਰ ਸਕਾਂਗੇ ਉਸ ਵਿੱਚ ਇੱਕ ਵੀਡੀਓ ਹੋਰ ਹੈ ਉਹਦਾ ਵੀ ਪਾਰਟ 2 ਰਹਿੰਦਾ ਉਹਦਾ ਵੀ ਅਨਕਰੀਬ ਅਗਰ ਅਪਲੋਡ ਕਰਦੇ ਹਾਂ ਕਿਉਂਕਿ ਸਾਡੇ ਕੋਲ ਸਮ ਟਾਈਮ ਹੁੰਦਾ ਇੱਕ ਪਾਰਟ ਬਣਾਉਣ ਦੇ ਪਿੱਛੇ ਕੋਈ ਨਾ ਕੋਈ ਕਰੈਕਟਰ ਛੁੱਟੀ ਦਵਾਗ ਜਾਂਦਾ ਉਸ ਤੋਂ ਅਸੀਂ ਮੁੜ ਰੁਕ ਬਣਦੇ ਹਾਂ ਸਤੂ ਮਿਸਟੇਕ ਹੁੰਦੀ ਹੈ ਨੈਕਸਟ ਇਨਸ਼ਾਅੱਲਾ ਅਸੀਂ ਪੂਰੀ ਵੀਡੀਓ ਕੰਪਲੀਟ ਦੋਵੇਂ ਪਾਰਟ ਕੰਪਲੀਟ ਕਰਕੇ ਉਸ ਵਿੱਚ ਅਪਲੋਡ ਕਰਸਾਂ ਤਾਂ ਕਿ ਤੁਹਾਨੂੰ ਇਹ ਮਸਲਾ ਨਾ ਬਣੇ ਜਿਹੜਾ ਸਸਪੈਂਸ ਕ੍ਰੀਏਟ ਹੋਇਆ ਰਹਿੰਦਾ ਬਾਕੀ ਆ ਸਟੋਰੀ ਦੁਬਾਰਾ ਹਾਲੀ ਮੈਮ ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਨੂੰ ਇਹ ਆਖਣਾ ਚਾਹੁੰਦੀ ਹਾਂ ਕਿ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਸਾਡੀ ਵੀਡੀਓ ਵੇਖਣ ਕਾਣ ਲਾਈਕ ਕਰਨ ਕਾਣ ਕਿਉਂਕਿ ਸਾਨੂੰ ਆਪਣੇ ਹੋਵਣ ਦਾ ਅਹਿਸਾਸ ਹੁੰਦਾ ਹੈ ਕਿ ਯਾਰ ਸਾਨੂੰ ਕੋਈ ਕਿਤਨਾ ਯਾਦ ਕਰ ਰਿਹਾ ਕਿਤਨਾ ਮਿਸ ਕਰ ਰਿਹਾ ਸਾਡੇ ਫਨਕਾਰਾਂ ਨੂੰ ਕਿਤਨਾ ਯਾਦ ਕਰ ਰਹੇ ਹੋ ਬੜੀ ਮਿਹਰਬਾਨੀ ਸ਼ੁਕਰੀਆ ਔਰ ਦੂਸਰਾ ਇਹ ਸਟੋਰੀ ਤੁਸੀਂ ਵੇਖੀਏ ਭਾਬੀ ਵਾਲੀ ਘਰ ਦੇ ਵਿੱਚ ਅਗਰ ਕੋਈ ਨੌ ਆਉਂਦੀ ਨਾ ਤਾਂ ਦਿਨ ਰੱਬ ਦੀ ਰਹਿਮਤ ਆਈਏ ਉਹ ਆਪਣੀ ਕਿਸਮਤ ਲੈ ਕੇ ਆਈਏ ਲੇਕਿਨ ਉਹ ਭਾਬੀ ਆ ਉਹ ਨੌ ਆਪਣੇ ਆਪ ਨੂੰ ਇਤਨੀ ਬਦਕਿਸਮਤ ਕਿਉਂ ਬਣਾ ਲੈਂਦੀ ਕਿ ਗਲਤ ਤਾਂ ਉਹ ਆਪ ਹੈ ਜੋ ਹੈ ਉਸ ਦੇ ਨਾਲ ਨਾਲ ਆਪਣੇ ਭਰਾ ਨੂੰ ਨਾਲ ਰਲਾ ਲੈਣਾ ਉਸਨੂੰ ਸੁਨੇਹਿਆਂ ਦੇ ਵਿੱਚ ਰੱਖਣਾ ਮੁੜ ਆਪਣੀਆਂ ਨੰਦਾ ਸ਼ੋਦੀਆਂ ਜਿਹੜੀਆਂ ਕਿ ਹਰ ਗੁਨਾਹ ਪਾ ਕੇ ਬੱਚੀਆਂ ਮਸੂਮ ਹਨ ਉਹਨਾਂ ਨੂੰ ਬਲੈਕਮੇਲ ਕਰਨਾ ਉਹਨਾਂ ਦੇ ਤੇ ਗਲਤ ਇਲਜ਼ਾਮ ਲਾਉਣਾ ਬਹੁਤ ਹੀ ਗਲਤ ਗੱਲ ਹੈ ਯਾਰ ਤੂੰ ਘਰ ਦੇ ਵਿੱਚ ਆ ਗਈ ਠੀਕ ਹੈ ਘਰ ਦੀ ਮਾਲਕ ਹੈ ਘਰ ਦਾ ਫਰਦ ਹੈ ਲੇਕਿਨ ਮਾਲਕ ਤਾਂ ਉਹ ਵੀ ਹਨ ਇਸ ਘਰ ਦੀ ਬੇਟੀਆਂ ਜੋ ਹਨ ਉਹਨਾਂ ਦਾ ਵੀ ਹੱਕ ਹੈ ਪੂਰਾ ਕਿ ਉਹ ਲਾਡ ਆਪਣੇ ਪਿਓ ਨਾਲ ਆਪਣੇ ਭਰਾ ਨਾਲ ਜਾਂ ਆਪਣੇ ਘਰ ਦੇ ਵਿੱਚ ਉਹ ਵੀ ਲਾਡ ਲਡਾਵੇਨ ਜਾਂ ਆਪਣੀ ਮਨਵਾਵੇਨ ਅਸੀਂ ਕਿਉਂ ਇਹ ਗੱਲ ਭੁੱਲ ਵਈਨੀ ਆ ਅਗਰ ਅਸੀਂ ਪਿਓ ਦੀਆਂ ਲਾਡੀਆਂ ਤੇ ਉਹ ਵੀ ਆਪਣੇ ਮਾਂ ਬਾਪ ਦੀ ਲਾਡੀਆਂ ਨੂੰ ਕੋਸ਼ਿਸ਼ ਕੀਤੀ ਕਰੋ ਕਿ ਕਦੀ ਵੀ ਕਿਸੇ ਦਾ ਨਾ ਹੱਕ ਖੋਵਣ ਦੀ ਕੋਸ਼ਿਸ਼ ਨਾ ਕੀਤੀ ਕਰੋ
क्योंकि इस घर के लाड किस्मत नाल पेके घर दे मिलदे सारे तो मुकदरां दी गल है किसी अच्छा मिलिया किसी नूं बुरा मिलिया वह तो लड़की की अपनी किस्मत होंदी है तो जिहड़ा ना पेके घर का लूड ये नसीबा नाल मिलता है बंदिया नूं तो कोशिश की करो कि घर दे विच कोई छोटी निनान है ना तुहाडी या वड्डी भी बैठी है तो उस नाल प्यार मुहब्बत की गल की बल्कि उहदी दोस्त बन के उहदे दिल दुख की सुनिया क्योंकि माँ के मरण तो बाद ना वो गल जिहड़ी माँ नाल करिंदी ना प्यो नाल नहीं कर सकिंदी अगर वड्डी भाभी आवे तो वह एड्डी चंगी बन के रहे कि वह बच्चिया उस नूं दिल की गल दसन ना कि गलत कदम उठा जावन या बाहर नस भज जावन उस तो बेहतर है कि माँ बन के वड्डी भैन बन के बच्ची की सुनी करो। बड़ी मेहरबानी जी शुक्रिया साडे एक्टर इस वक्त साडे नाल मलंगी जीवन ताले बुशरा सलमा महक और साडा खलोता है नोकिया 1100 और नाल जी मान जी ऑफिशियल कैमरामैन साडे मोहसिन छोटे दी एक्टिंग यार दस्या और सानू कमेंट करके सच्ची दस्या करो कि बच्चे दी एक्टिंग तुहानू किस तरह चंगी लगती नहीं लगती और पता है हर इंसान नूं ना एक किरदार मिलता है अच्छा बुरा असी किरदार निभावना होंदा है इहदा मतलब यह नहीं कि असी हाँ ही इस तरह के एक वो शीशा जिहड़ा कि तुहानू विखा रहा है शीशे दे विच इंसान नूं सब कुछ अपना नज़र आवेगा। बहुत शुक्रिया थैंक यू सो मच साढ़े चार ही चैनल हैं जिन्हों का नाँ है जी आलिया मलिक ओरिजिनल पेंडू शहजादा मान जी ऑफिशियल और आलिया मलिक टीवी उन्होंने लाइक करन का सबसक्राइब करन का बहुत शुक्रिया और तुहाडे वास्ते एक स्पैशल सरप्राइज़ है मेरा अपना जाती सोंग जिहड़ा है ना वो आ रहा है रिकॉर्ड करवा लिया बस उसकी शूटिंग करने वाली है उसने असं जहाँ शूट करना सोंग का नाँ है जी मन्नी मेरी बहुत ही मज़ेदार सोंग है मैं अपनी आवाज़ में गाया है और तुम्हें पसंद भी आई और कमेंट करके मैं दसना कि यार जी मूवी हूँ अपलोड करनी बनानी है एक तरफा मुहब्बत एक तरफा मुहब्बत बेहतरीन सोंग रिकॉर्ड हो चुका है जी पूरा सैटअप है जस्ट कुछ दिन जल्द से जल्द वो वीडियो भी आसी जे मगर साडा सोंग और दूसरा भी है और ये सोंग भी रिलीज हो सी एक एक और सवाल सब तो पूछना ऑडियंस तो से पूछना चाहना है कि जेडी सी एक मूवी है वो साडे को दो ऑप्शन है उन असी किस्त वार चलाइए या सारी अपलोड करना चाहंदे हो ए सन तुसी कमेंट सारी हुई तो क्योंकि जारी गल 1.5-2 घंटे चली जासेगी नहीं तो जिवें असी पार्ट्स विच चीजें आजकल अपलोड कर रहे हैं पार्ट्स विच करिए इसनो कमेंट करके दसना कि मूवी पार्ट्स विच करिए या इकट्ठे अपलोड करिए। हाँ बहुत शुक्रिया जी थैंक यू सो मच पाकिस्तान जिंदाबाद पाक फौज जिंदाबाद।